Hello everyone, welcome to Victor's Knowledge. This is Chinu Sharma and today we are going to take up another topic from the upcoming Punjab Sub-Inspector exam. So, jada Punjab Sub-Inspector da jithu se syllabus chak ke dekho, ta ode vich jedi computer knowledge awareness hai, ode andar e topic alag to ditta hoya hai, basics of data encryption. So, aaj di is video de vich aapa ede basics padhaange. Then इस तो बाद मैं कल ही थोनू जिहड़ा दा नेक्स्ट टॉपिक है बेसिक्स ऑफ साइबर सिक्योरिटी या फिर मैं थोनू VOIP वॉइस ओवर आईपी ओवरऑल टॉपिक कवर करवा दूंगी. सो इस तरह दे नाल आपां डेली बेसिस ते एक दो टॉपिक कवर करदे रहांगे. सो स्टार्ट करन तो पहला मैं थोड़े नाल एक बहुत इंपॉर्टेंट गल शेयर करनी है. सो मेरे खुद दे हैंड रिटन नोट्स है हिस्ट्री सब्जेक्ट दे ते ए सिर्फ और सिर्फ 200 रुपीस दे मैं थोनू अवेलेबल करवा रही हां. ते जेडे ए नोट्स ने एदे विच एक ता ए नोट्स कलर्ड ने स्कैन कॉपी थोनू मिलूगी पीडीएफ फॉर्म दे विच ते नाल ही एदे विच एंशिएंट तो लेके जेडी अपने इंडिपेंडेंस तक दी मॉडर्न इंडिया हिस्ट्री है सारी लाइन वाइज थोनू एक जगह ते मिल जू पॉइंटर्स दी फॉर्म दे विच. सो दैट थोनू ज्यादा अलग अलग जगह तो मिडीवल भक्ति मूवमेंट सूफी मूवमेंट ए सारिया चीजा कवर करन दी जरूरत ना पवे. ते जिन्ने भी इंपॉर्टेंट पर्सनस रहे ने ओ सारे पर्सनस बारे अलग तो मैं विच कंपाइलेशंस ऐड कीतियां होईयां ने. सो ए पूरे फुल फ्लेजड ਜਿਹੜੇ ਨੋਟਸ ਨੇ ਹੈਂਡ ਰਿਟਨ ਨੋਟਸ ਨੇ ਬਹੁਤ ਸਿੰਪਲ ਸਾਫ਼ ਤਰ੍ਹਾਂ ਦੇ ਨਾਲ ਤਿਆਰ ਕੀਤੇ ਹੋਏ. ਸੋ ਤੁਸੀਂ ਇਹ ਨੋਟਸ ਨੂੰ ਲੈ ਸਕਦੇ ਹੋ ਤੇ ਇਹਨਾਂ ਨੂੰ ਖਰੀਦਣ ਦੇ ਲਈ ਜਾਂ ਤਾਂ ਤੁਸੀਂ ਮੈਨੂੰ ਮੇਲ ਕਰ ਦਿਓ ਜਿਹੜੀ ਮੇਰੀ ਈਮੇਲ ਆਈਡੀ ਮੈਂਸ਼ਨਡ ਹੈ ਜਾਂ ਫਿਰ ਇੰਸਟਾਗ੍ਰam ਉੱਤੇ ਵਿਕਟਰਸ ਨੋਲੇਜ ਇਹ ਪੇਜ ਹੈ ਤੁਸੀਂ ਇਹਦੇ ਉੱਤੇ ਮੈਨੂੰ ਡਾਇਰੈਕਟ ਮੈਸੇਜ ਸੈਂਡ ਕਰ ਸਕਦੇ ਹੋ. ਸੋ ਤੁਸੀਂ ਦੇਖ ਸਕਦੇ ਹੋ ਦੈਟ ਰਿਵੋਲਟ ਆਫ 1857 ਜਿਵੇਂ ਤੇ ਇਧਰ ਐਂਗਲੋ ਫ੍ਰੈਂਚ ਕਨਫਲਿਕਟ. ਸੋ ਹਰ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹਨੂੰ ਟੈਬੂਲਰ ਫਾਰਮ ਡਾਇਗ੍ਰਾਮੈਟਿਕਲੀ ਸੋ ਦੈਟ ਤੁਹਾਨੂੰ ਜਦੋਂ ਹਿਸਟਰੀ ਨੂੰ ਯਾਦ ਕਰਦੇ ਹੋ ਤੁਹਾਨੂੰ ਬੋਰਿੰਗ ਨਾ ਲੱਗੇ. ਇਸ ਲਈ ਇਹ ਨੋਟਸ ਮੈਂ ਆਪ ਸਾਰੇ ਕਲਰਡ ਫਾਰਮ ਦੇ ਵਿੱਚ ਤਿਆਰ ਕੀਤੇ ਹੋਏ ਆ. ਸੋ ਹੁਣ ਆਪਾਂ ਆਪਣਾ ਟੌਪਿਕ ਦੇਖਦੇ ਆ ਤੇ ਜਦੋਂ ਵੀ ਆਪਾਂ ਨੇ ਬੇਸਿਕਸ ਆਫ ਇਨਕ੍ਰਿਪਸ਼ਨ ਦੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਇਹ ਦੇਖਣਾ ਵੀ ਇਹ ਕਨਸੈਪਟ ਆਇਆ ਕਿੱਥੋਂ ਹੈ. ਸੋ ਡੇਟਾ ਇਨਕ੍ਰਿਪਸ਼ਨ ਚੀਜ਼ ਨਿਕਲਦੀ ਹੈ ਕ੍ਰਿਪਟੋਗ੍ਰਾਫੀ ਚੋਂ. ਸੋ ਇਹਦੇ ਲਈ ਆਪਾਂ ਪਹਿਲਾਂ ਕ੍ਰਿਪਟੋਗ੍ਰਾਫੀ ਦੇਖਾਂਗੇ ਕਿ ਹੈ ਕੀ. ਸੋ ਮੈਂ ਤੁਹਾਨੂੰ ਜਿਹੜਾ ਵੀ ਇਹ ਪੂਰੇ ਟੌਪਿਕ ਕਰਵਾਉਂਗੀ ਕੰਪਿਊਟਰ ਨਾਲ ਰਿਲੇਟਿਡ ਇਹ ਮੈਂ ਟਰਾਈ ਕਰੂੰਗੀ ਕਿ ਤੁਹਾਨੂੰ ਇੱਕ ਆਮ ਇਨਸਾਨ ਕਿਵੇਂ ਸਮਝ ਸਕਦਾ ਹੈ ਉਸ ਤਰੀਕੇ ਨਾਲ ਸਮਝਾਵਾਂ ਨਾ ਕਿ ਇੱਕ ਕੰਪਿਊਟਰ ਦੇ ਸਟੂਡੈਂਟ ਦੀ ਤਰ੍ਹਾਂ. ਸੋ ਕ੍ਰਿਪਟੋਗ੍ਰਾਫੀ ਕਹਿੰਦੇ ਜਿਵੇਂ ਫੋਰ ਐਗਜ਼ਾਮਪਲ ਇਹ ਦੋ ਬੰਦੇ ਖੜੇ ਨੇ ਇਹ ਇੱਕ ਦੂਜੇ ਨੂੰ ਜਾਣਦੇ ਨੇ ਤੇ ਇੱਕ ਉਰੇ ਤੀਜਾ ਅਨਨੋਨ ਕੋਈ ਬੰਦਾ ਖੜਾ ਉਹ ਆਪਾਂ ਨੂੰ ਜਾਣਦਾ ਨਹੀਂ. ਸੋ ਇਹ ਦੋ ਬੰਦਿਆਂ ਦੀ ਗੱਲ ਜਦੋਂ ਤੀਜਾ ਬੰਦਾ ਨਾ ਸਮਝ ਸਕੇ ਆਪਾਂ ਇਹਨਾਂ ਦੀ ਗੱਲ ਨੂੰ ਇੰਨੇ ਔਖੇ ਤਰੀਕੇ ਦੇ ਨਾਲ ਪੇਸ਼ ਕਰੀਏ ਕਿ ਤੀਜੇ ਬੰਦੇ ਨੂੰ ਕੁਝ ਸਮਝ ਹੀ ਨਾ ਆਵੇ ਇਹਦੇ ਉੱਪਰ ਦੀ ਲੰਘ ਜਾਵੇ ਕਿ ਬੋਲੀ ਕੀ ਜਾ ਰਹੇ ਨੇ. ਇਸ ਚੀਜ਼ ਨੂੰ ਇਸ ਔਖੇ ਬਣਾਉਣ ਨੂੰ ਆਪਾਂ ਕ੍ਰਿਪਟੋਗ੍ਰਾਫੀ ਕਹਿੰਦੇ ਹਾਂ. ਸੋ ਪ੍ਰਾਇਮਰੀ ਪਰਪਸ ਆਫ ਕ੍ਰਿਪਟੋਗ੍ਰਾਫੀ ਇਜ਼ ਟੂ ਮੇਕ ਇਟ ਡਿਫਿਕਲਟ ਫਾਰ ਐਨ ਅਨਆਥੋਰਾਈਜ਼ਡ ਥਰਡ ਪਾਰਟੀ ਟੂ ਅਸੈਸ ਐਂਡ ਅੰਡਰਸਟੈਂਡ ਪ੍ਰਾਈਵੇਟ ਕਮਿਊਨੀਕੇਸ਼ਨ ਬਿਟਵੀਨ ਟੂ ਪਾਰਟੀ. ਸੋ ਦੋ ਬੰਦਿਆਂ ਦੀ ਜਿਹੜੀ ਪਰਸਨਲ ਪ੍ਰਾਈਵੇਟ ਗੱਲ ਹੈ ਵਾਰਤਾਲਾਪ ਹੈ ਉਹਨੂੰ ਜਦੋਂ ਆਪਾਂ ਕਿਸੇ ਤੀਜੇ ਇਨਸਾਨ ਤੋਂ ਬਚਾ ਕੇ ਰੱਖਣਾ ਹੈ ਵੀ ਉਹ ਸਮਝ ਨਾ ਸਕੇ ਉਸ ਚੀਜ਼ ਨੂੰ ਆਪਾਂ ਕ੍ਰਿਪਟੋਗ੍ਰਾਫੀ ਕਹਿੰਦੇ ਹਾਂ. ਸੋ ਕਹਿੰਦੇ ਇਟ ਇਜ਼ ਨਾਟ ਆਲਵੇਜ਼ ਪੋਸੀਬਲ ਟੂ ਰਿਸਟ੍ਰਿਕਟ ਆਲ ਅਨਆਥੋਰਾਈਜ਼ਡ ਡੇਟਾ ਬਟ ਪ੍ਰਾਈਵੇਟ ਡੇਟਾ ਕੈਨ ਬੀ ਮੇਡ ਅਨਇੰਟੈਲੀਜੇਬਲ. ਅਨਇੰਟੈਲੀਜੇਬਲ ਜਿਹਨੂੰ ਆਪਾਂ ਸਮਝ ਨਾ ਸਕੀਏ ਪੜ੍ਹ ਨਾ ਸਕੀਏ ਟੂ ਅਨਆਥੋਰਾਈਜ਼ਡ ਪਾਰਟੀ ਥਰੂ ਦ ਪ੍ਰੋਸੈਸ ਆਫ ਇਨਕ੍ਰਿਪਸ਼ਨ ਐਂਡ ਡਿਕ੍ਰਿਪਸ਼ਨ. ਸੋ ਕਹਿੰਦੇ ਇਸੇ ਚੀਜ਼ ਨੂੰ ਕਰਨ ਦੇ ਲਈ ਕਿਸੇ ਚੀਜ਼ ਨੂੰ. ਸੋ ਕਹਿੰਦੇ ਡੇਟਾ ਤਾਂ ਬਹੁਤ ਤਰ੍ਹਾਂ ਦਾ ਪਬਲਿਕ ਡੇਟਾ ਪ੍ਰਾਈਵੇਟ ਡੇਟਾ. ਕਹਿੰਦੇ ਜਿਹੜਾ ਪਬਲਿਕ ਡੇਟਾ ਉਹ ਬਚਾ ਕੇ ਰੱਖਣਾ ਔਖਾ ਹੈ ਪਰ ਜਿਹੜਾ ਪ੍ਰਾਈਵੇਟ ਡੇਟਾ ਉਹ ਆਪਣੇ ਹੱਥਾਂ 'ਚ ਹੈ. ਜਿਹੜੀਆਂ ਵੀ ਕੰਪਨੀਜ਼ ਕਿਸੇ ਵੀ ਤਰ੍ਹਾਂ ਦੀਆਂ ਪ੍ਰਾਈਵੇਟ ਡੇਟਾ ਸ਼ੇਅਰ ਕਰਦੀਆਂ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀਆਂ ਨੇ ਜਿਹਦੇ ਨਾਲ ਪ੍ਰਾਈਵੇਟ ਡੇਟਾ ਬਚਾ ਕੇ ਰੱਖਿਆ ਜਾ ਸਕੇ. ਸੋ ਅਨਇੰਟੈਲੀਜੇਬਲ ਦਾ ਮਤਲਬ ਹੈ ਕਿ ਪ੍ਰਾਈਵੇਟ ਡਾਟਾ ਹੈ ਜਿਹੜਾ ਆਪਣੀ ਕੋਈ ਪ੍ਰਾਈਵੇਟ ਗੱਲ ਹੋ ਰਹੀ ਹੈ ਕੋਈ ਮੈਸੇਜਿੰਗ ਹੋ ਰਹੀ ਹੈ ਉਸ ਚੀਜ਼ ਨੂੰ ਆਪਾਂ ਕਿਸੇ ਤੀਜੇ ਬੰਦੇ ਨੂੰ ਸਮਝ ਨਾ ਆਵੇ ਅਨਇੰਟੈਲੀਜੇਬਲ ਹੋਵੇ ਉਹ ਚੀਜ਼ ਕਰਨ ਦੇ ਲਈ ਜਿਹੜੇ ਦੋ ਤਰੀਕੇ ਅਪਣਾਉਣੇ ਪੈਂਦੇ ਨੇ ਉਹਦਾ ਇੱਕ ਤਰੀਕਾ ਹੈ ਇਨਕ੍ਰਿਪਸ਼ਨ ਦੂਜਾ ਹੈ ਡਿਕ੍ਰਿਪਸ਼ਨ. ਸੋ ਆਈ ਥਿੰਕ ਤੁਹਾਨੂੰ ਹੁਣ ਸਮਝ ਆ ਗਿਆ ਹੋਊਗਾ ਕਿ ਡੇਟਾ ਇਨਕ੍ਰਿਪਸ਼ਨ ਆਇਆ ਕਿੱਥੋਂ. ਸੋ ਕ੍ਰਿਪਟੋਗ੍ਰਾਫੀ ਇੱਕ ਮੇਨ ਕਨਸੈਪਟ ਹੈ ਤੁਸੀਂ ਇਹ ਸਮਝ ਲਓ ਜਿਹਦੇ ਅੱਗੇ ਦੋ ਤਰੀਕੇ ਨੇ ਕਰਨ ਦੇ
ਕਿਸੇ ਚੀਜ਼ ਨੂੰ ਆਪਾਂ ਨੇ ਜੇ ਡਿਫਿਕਲਟ ਬਣਾਉਣਾ ਤਾਂ ਉਹਦਾ ਕ੍ਰਿਪਟੋਗ੍ਰਾਫੀ ਤਰੀਕਾ। ਸੋ ਕ੍ਰਿਪਟੋਗ੍ਰਾਫੀ ਕਰਨੀ ਕਿਵੇਂ ਆ, ਜਾਂ ਇਨਕ੍ਰਿਪਸ਼ਨ ਕਰਕੇ ਜਾਂ ਡਿਕ੍ਰਿਪਸ਼ਨ ਕਰਕੇ। ਸੋ ਇਨਕ੍ਰਿਪਸ਼ਨ ਤੇ ਡਿਕ੍ਰਿਪਸ਼ਨ ਦੋ ਪ੍ਰੋਸੈਸ ਨੇ ਕ੍ਰਿਪਟੋਗ੍ਰਾਫੀ ਦੇ। ਸੋ ਤੁਸੀਂ ਉਰੇ ਦੇਖ ਸਕਦੇ ਹੋ, ਦੇਰ ਆਰ ਟੂ ਪ੍ਰੋਸੈਸ ਆਫ ਕ੍ਰਿਪਟੋਗ੍ਰਾਫੀ, ਇਨਕ੍ਰਿਪਸ਼ਨ ਐਂਡ ਡਿਕ੍ਰਿਪਸ਼ਨ। ਸੋ ਇਨਕ੍ਰਿਪਸ਼ਨ ਕੀ ਹੈ? ਕਹਿੰਦੇ ਜਦੋਂ ਆਪਾਂ ਇੱਕ ਸਾਫ, ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕੋਡਿੰਗ ਦੇ, ਜਿਵੇਂ ਆਪਾਂ ਰੀਜ਼ਨਿੰਗ ਕਰਦੇ ਹਾਂ, ਆਪਾਂ ਨੂੰ ਪੇਪਰ 'ਚ ਆਉਣੀ ਵੀ ਆ, ਸੋ ਮੈਂ ਤੁਹਾਨੂੰ ਉਹਦੀ ਐਗਜ਼ਾਮਪਲ ਦੇ ਕੇ ਸਾਰਾ ਟੌਪਿਕ ਸਮਝਾਉਂਗੀ, ਜਿਹਦੇ ਨਾਲ ਤੁਹਾਨੂੰ ਪੂਰਾ ਕਲੀਅਰ ਹੋ ਜੂ ਵੀ ਹੈ ਕੀ। ਕਹਿੰਦੇ ਫੋਰ ਐਗਜ਼ਾਮਪਲ ਏ ਬੀ ਸੀ ਲਿਖਿਆ ਹੋਇਆ, ਇੱਕ ਪਲੇਨ ਟੈਕਸਟ ਆ ਆਪਣੇ, ਜੋ ਕੋਈ ਵੀ ਸਮਝ ਸਕਦਾ ਵੀ ਸਿੱਧੀ ਇੰਗਲਿਸ਼ ਦੀ ਅਲਫਾਬੈਟ ਲਿਖੇ ਹੋਏ ਨੇ। ਹੁਣ ਮੈਂ ਇਸ ਏ ਬੀ ਸੀ ਨੂੰ ਲਿਖਦਾ ਜ਼ੈਡ ਪੀ ਕਿਊ, ਇਹ ਚੀਜ਼ ਆਪਾਂ ਨੂੰ ਸਮਝ ਨਹੀਂ ਆ ਰਹੀ ਵੀ ਹੈ ਕਿ ਇਹ ਪੈਟਰਨ ਕੀ ਫੋਲੋ ਕਰ ਰਹੇ ਨੇ। ਸੋ ਇਹ ਚੀਜ਼ ਇੱਕ ਪਲੇਨ ਟੈਕਸਟ ਆ, ਨੋਰਮਲ ਮੈਸੇਜ ਆ, ਇਹ ਕੀ ਇੱਕ ਮੀਨਿੰਗਲੈਸ ਮੈਸੇਜ ਆ, ਕੋਈ ਮਤਲਬ ਨਹੀਂ ਨਿਕਲ ਰਿਹਾ। ਉਰੇ ਘੱਟੋ ਘੱਟ ਆਪਾਂ ਇਹ ਤਾਂ ਕਹਿ ਸਕਦੇ ਹਾਂ ਕਿ ਲਾਈਨ ਵਾਰ, ਜੇ ਆਪਾਂ ਦੇਖੀਏ ਤਾਂ ਅਲਫਾਬੈਟ ਲਿਖੇ ਹੋਏ ਨੇ, ਇਹ ਤਾਂ ਲਾਈਨ ਵਾਰ ਵੀ ਨਹੀਂ ਲਿਖੇ ਹੋਏ, ਨਾ ਹੀ ਕੋਈ ਉਰੇ ਆਪਣੇ ਕੋਲ ਪੈਟਰਨ ਫੋਲੋ ਹੋ ਰਿਹਾ। ਸੋ ਕਹਿੰਦੇ ਇਨਕ੍ਰਿਪਸ਼ਨ ਦਾ ਜਿਹੜਾ ਤਰੀਕਾ ਹੈ ਉਹ ਪਲੇਨ ਚੀਜ਼ ਨੂੰ ਮੀਨਿੰਗਲੈਸ ਬਣਾ ਦਿੰਦੀ ਹੈ। ਮਤਲਬ ਇੰਨਾ ਔਖੇ ਤਰੀਕੇ ਦੇ ਨਾਲ ਪੇਸ਼ ਕਰੀਏ ਆਪਾਂ ਇਨਕ੍ਰਿਪਸ਼ਨ ਕਰਕੇ ਕਿ ਜਿਹੜਾ ਵਿੱਚ ਜੇ ਕੋਈ ਬੰਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੇ ਰਸਤੇ ਦੇ ਵਿੱਚ ਤਾਂ ਉਹਨੂੰ ਸਮਝ ਨਾ ਆਵੇ। ਤੇ ਡਿਕ੍ਰਿਪਸ਼ਨ ਕੀ ਹੈ? ਇਹਦਾ ਉਲਟਾ, ਜਦੋਂ ਆਪਾਂ ਮੀਨਿੰਗਲੈਸ ਚੀਜ਼ ਦੇ ਨੂੰ ਆਪਾਂ ਪਲੇਨ ਨੋਰਮਲ ਮੈਸੇਜ ਵਿੱਚ ਕਨਵਰਟ ਕਰ ਦਈਏ। ਸੋ ਇਨਕ੍ਰਿਪਸ਼ਨ ਹੈ, ਤੁਸੀਂ ਸਿੱਧਾ ਸਮਝਣਾ, ਨੋਰਮਲ ਮੈਸੇਜ ਟੂ ਮੀਨਿੰਗਲੈਸ ਮੈਸੇਜ। ਨੋਰਮਲ ਮੈਸੇਜ ਨੂੰ ਆਪਾਂ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਪਲੇਨ ਟੈਕਸਟ ਕਹਿੰਦੇ ਹਾਂ, ਤੇ ਮੀਨਿੰਗਲੈਸ ਨੂੰ ਸਾਈਫਰ ਟੈਕਸਟ। ਸੋ ਇਹ ਦੋ ਤੁਸੀਂ ਜਿਹੜੀ ਵਰਡਸ ਨੇ ਇਹ ਯਾਦ ਰੱਖਣੇ ਨੇ, ਇਹ ਟਰਮਸ ਯਾਦ ਰੱਖਣੀਆਂ ਨੇ, ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਇਹ ਆ ਸਕਦਾ ਹੈ ਕਿ ਵਾਟ ਇਜ਼ ਮੀਨਿੰਗਲੈਸ ਮੈਸੇਜ ਕਾਲਡ ਅੰਡਰ ਦ ਇਨਕ੍ਰਿਪਸ਼ਨ ਪ੍ਰੋਸੈਸ। ਸੋ ਇਨਕ੍ਰਿਪਸ਼ਨ ਦੇ ਅੰਦਰ ਆਪਾਂ ਇੱਕ ਜਿਹੜਾ ਇਹੋ ਜਿਹਾ ਮੈਸੇਜ ਜਿਹਨੂੰ ਆਪਾਂ ਸਮਝ ਨਾ ਸਕੀਏ ਉਹਨੂੰ ਸਾਈਫਰ ਟੈਕਸਟ ਕਹਿੰਦੇ ਹਾਂ। ਸੋ ਸਾਈਫਰ ਟੈਕਸਟ ਨੂੰ ਪਲੇਨ ਟੈਕਸਟ ਦੇ ਵਿੱਚ ਬਦਲਣ ਨੂੰ ਆਪਾਂ ਡੀਕ੍ਰਿਪਸ਼ਨ ਕਹਿੰਦੇ ਹਾਂ। ਸੋ ਇਹ ਦੋਨੋਂ ਇੱਕ ਦੂਜੇ ਦਾ ਉਲਟਾ ਨੇ। ਆਈ ਹੋਪ ਤੁਹਾਨੂੰ ਉਰੇ ਤੱਕ ਕਲੀਅਰ ਹੋ ਗਿਆ ਹੋਊ ਕਿ ਕ੍ਰਿਪਟੋਗ੍ਰਾਫੀ ਕੀ ਹੈ, ਉਹਦੇ ਦੋ ਤਰੀਕੇ ਕੀ ਨੇ, ਇਨਕ੍ਰਿਪਸ਼ਨ ਤੇ ਡਿਕ੍ਰਿਪਸ਼ਨ। ਫਿਰ ਹੁਣ ਆਪਾਂ ਕੱਲਾ ਆਪਣਾ ਜਿਹੜਾ ਮੇਨ ਟੌਪਿਕ ਹੈ ਇਨਕ੍ਰਿਪਸ਼ਨ ਦਾ, ਆਪਾਂ ਉਹ ਦੇਖ ਲੈਂਦੇ ਹਾਂ। ਸੋ ਇਨਕ੍ਰਿਪਸ਼ਨ ਦਾ ਮਤਲਬ ਹੈ ਇੱਕ ਇਹੋ ਜਿਹਾ ਸਿਕਿਉਰਿਟੀ ਮੈਥਡ ਇਨ ਵਿੱਚ ਇਨਫੋਰਮੇਸ਼ਨ ਇਜ਼ ਇਨਕੋਡਿਡ ਇਨ ਸੱਚ ਅ ਵੇ ਦੈਟ ਓਨਲੀ ਆਥੋਰਾਈਜ਼ਡ ਯੂਜ਼ਰ ਕੈਨ ਰੀਡ ਇਟ। ਕਹਿੰਦੇ ਫੋਰ ਐਗਜ਼ਾਮਪਲ ਇੱਕ ਰਾਮ ਹੈ, ਇੱਕ ਸ਼ਾਮ ਹੈ, ਤੇ ਰਸਤੇ ਦੇ ਵਿੱਚ ਕੋਈ ਬੰਦਾ ਆਊਗਾ ਜਿਹਦਾ ਨਾਮ ਹੈ ਜਤਿਨ। ਸੋ ਕਹਿੰਦੇ ਰਾਮ ਨੇ ਸ਼ਾਮ ਨੂੰ ਪਹਿਲਾਂ ਹੀ ਦੱਸਿਆ ਹੋਇਆ ਵੀ ਮੈਂ ਤੇਰੇ ਨਾਲ ਇੱਕ ਗੱਲ ਸ਼ੇਅਰ ਕਰੂੰਗਾ, ਆਪਣਾ ਕੋਡ ਹੈ, ਜੇ ਮੈਂ ਤੈਨੂੰ 1 2 3 ਲਿਖੂੰ ਤਾਂ ਉਹਦਾ ਮਤਲਬ ਉਹ ਏ ਬੀ ਸੀ। ਸੋ ਇਹ ਚੀਜ਼ ਹੁਣ ਜਤਿਨ ਨੂੰ ਤਾਂ ਪਤਾ ਨਹੀਂ। ਸੋ ਇਸੇ ਚੀਜ਼ ਨੂੰ, ਇਸੇ ਕੋਡਿੰਗ ਨੂੰ ਜੇ ਆਪਾਂ ਨੇ ਮੈਸੇਜ ਚਾਹੁੰਦੇ ਹਾਂ ਵੀ ਰਸਤੇ 'ਚ ਕੋਈ ਪੜ੍ਹ ਨਾ ਸਕੇ, ਸਿੱਧਾ ਜਿਹਦੇ ਕੋਲ ਜਾਣਾ ਚਾਹੀਦਾ ਜਾ ਕੇ ਉਹੀ ਉਹਦਾ ਮਤਲਬ ਕੱਢੇ, ਉਸ ਤਰੀਕੇ ਨੂੰ, ਉਸ ਪੂਰੇ ਪ੍ਰੋਸੈਸ ਨੂੰ ਆਪਾਂ ਇਨਕ੍ਰਿਪਸ਼ਨ ਕਹਿੰਦੇ ਹਾਂ ਸਿੰਪਲ ਸ਼ਬਦਾਂ 'ਚ। ਸੋ ਇਹ ਇੱਕ ਸਿਕਿਉਰਿਟੀ ਮੈਥਡ ਹੈ ਜਿਹਦੇ ਵਿੱਚ ਇਨਫੋਰਮੇਸ਼ਨ ਨੂੰ ਐਨਕੋਡ ਕਰਕੇ ਬਦਲ ਕੇ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਵੀ ਸਿਰਫ ਜਿਹਦੇ ਕੋਲ ਅਥਾਰਿਟੀ ਹੈ, ਜਿਹਨੂੰ ਪਤਾ ਹੈ ਉਸ ਕੋਡ ਦਾ ਅਸਲੀ ਮਤਲਬ ਕੀ ਹੈ, ਉਹ ਹੀ ਉਹਨੂੰ ਪੜ੍ਹ ਸਕੇ। ਸੋ ਇਟ ਯੂਜਿਸ ਇਨਕ੍ਰਿਪਸ਼ਨ ਐਲਗੋਰਿਥਮ ਟੂ ਜਨਰੇਟ ਸਾਈਫਰ ਟੈਕਸਟ ਦੈਟ ਕੈਨ ਬੀ ਓਨਲੀ ਰੈਡ ਇਫ ਡੀਕ੍ਰਿਪਟਿਡ। ਸੋ ਕਹਿੰਦੇ ਆਪਾਂ ਇੱਕ ਇਹੋ ਜਿਵੇਂ ਆਹ 1 2 3 ਹੈ, ਇੱਕ ਇਹੋ ਐਲਗੋਰਿਥਮ, ਇੱਕ ਇਹੋ ਕੋਡ ਪੇਸ਼ ਕਰਦੇ ਹਾਂ ਜਿਹੜਾ ਕਿ ਇੱਕ ਸਾਈਫਰ ਟੈਕਸਟ, ਸਾਈਫਰ ਟੈਕਸਟ ਮਤਲਬ ਇੱਕ ਮੀਨਿੰਗਲੈਸ ਮੈਸੇਜ ਭੇਜਦਾ, ਤੇ ਜਦੋਂ ਤੱਕ ਉਹਨੂੰ ਜਿਹੜਾ ਆਥੋਰਾਈਜ਼ਡ ਪਰਸਨ ਹੈ ਜਿਵੇਂ ਸ਼ਾਮ ਹੈ, ਉਹ ਡਿਕ੍ਰਿਪਟ ਨਹੀਂ ਕਰਦਾ, ਉਸ ਮੀਨਿੰਗਲੈਸ ਨੂੰ ਪਲੇਨ ਦੇ ਵਿੱਚ ਬਦਲਦਾ ਨਹੀਂ। ਆਪਾਂ ਨੇ ਪੜ੍ਹਿਆ ਨਾ ਪਿੱਛੇ ਕਿ ਡਿਕ੍ਰਿਪਟ ਕੀ ਹੈ, ਮੀਨਿੰਗਲੈਸ ਨੂੰ ਮੀਨਿੰਗਫੁਲ ਦੇ ਵਿੱਚ ਬਦਲਣਾ। ਸੋ ਉਦੋਂ ਤੱਕ ਉਹ ਸੇਫ ਹੈ ਮੈਸੇਜ, ਕੋਈ ਉਹਨੂੰ ਪੜ੍ਹ ਨਹੀਂ ਸਕਦਾ। ਤੁਸੀਂ ਉਰੇ ਰੀਜ਼ਨਿੰਗ ਦੀ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਸਮਝੋ। ਕੰਪਿਊਟਰ ਹੈ, ਸੋ ਕੰਪਿਊਟਰ ਨੂੰ ਮੈਂ COMPUTER ਇਹ ਮੈਸੇਜ ਭੇਜਣਾ ਸ਼ਾਮ ਨੂੰ। ਸੋ ਸ਼ਾਮ ਨੂੰ ਪਤਾ ਹੈ ਕਿ ਮੈਂ 4-4 ਅੱਖਰਾਂ ਦੀ ਕੋਡਿੰਗ ਕੀਤੀ ਹੋਈ ਹੈ ਕਿ ਮੈਂ ਪੀ ਨੂੰ ਪਹਿਲੇ ਨੰਬਰ 'ਤੇ ਲਿਖਿਆ, ਸੀ ਨੂੰ ਚੌਥੇ 'ਤੇ, ਐਮ ਜੇ ਤੀਜੇ 'ਤੇ ਹੈ, ਮਤਲਬ ਮੈਂ ਆਪਸ ਦੇ ਵਿੱਚ 4-4 ਅੱਖਰਾਂ ਦੀ ਪੋਜੀਸ਼ਨ ਬਦਲਤੀ।
M ਨੂੰ ਮੈਂ ਉਰੇ ਲਿਖਿਆ O ਨੂੰ ਮੈਂ ਉਰੇ ਲਿਖਿਆ same R ਨੂੰ ਉਰੇ ਲਿਖਤਾ ਜਿਵੇਂ ਆਪਾਂ ਰੀਜ਼ਨਿੰਗ ਦੇ ਆਨਸਰ ਵੀ ਸੋਲਵ ਕਰਦੇ ਹੁੰਦੇ ਆ ਕੋਡਿੰਗ ਡੀਕੋਡਿੰਗ ਵਾਲੇ ਇਹ ਮੈਂ ਉੱਥੋਂ ਹੀ ਐਗਜ਼ਾਮਪਲ ਚੱਕੀ ਹੈ ਸੋ ਦੈਟ ਤੁਹਾਨੂੰ ਈਜ਼ੀਲੀ ਸਮਝ ਆ ਜਾਵੇ ਸੋ ਮੈਂ ਜੇ ਆ ਮੈਸੇਜ ਸ਼ਾਮ ਨੂੰ ਭੇਜ ਰਹੀ ਆ ਤਾਂ ਕੱਲਾ ਸ਼ਾਮ ਹੀ ਇਸ ਮੈਸੇਜ ਤੋਂ ਕੰਪਿਊਟਰ ਵਰਡ ਸਮਝ ਸਕਦਾ ਹੈ ਰਸਤੇ ਵਿੱਚ ਜਤਿਨ ਨੂੰ ਨਹੀਂ ਪਤਾ ਚੱਲੂ ਜਤਿਨ ਹੋ ਸਕਦਾ ਕਿ ਸੀ ਨੂੰ ਐਂਡ ਤੇ ਲਿਖੀ ਜਾਵੇ ਆਰ ਨੂੰ ਪਹਿਲੇ ਨੰਬਰ ਤੇ ਲਿਖੀ ਜਾਵੇ ਸੋ ਕਹਿੰਦੇ ਜਿਵੇਂ ਸੇਮ ਆ ਉਰੇ ਡੈਸੀਫਰ ਵਰਡ ਹੈ ਮੈਂ ਵਰਡਸ ਇਸੇ ਲਈ ਚੱਕੇ ਨੇ ਤਾਂ ਕਿ ਇਹ ਟੌਪਿਕ ਦੇ ਨਾਲ ਰਿਲੇਟ ਕਰਕੇ ਤੁਸੀਂ ਐਗਜ਼ਾਮਪਲ ਲੈ ਕੇ ਸਮਝ ਸਕੋ ਸੋ ਹੁਣ ਮੈਂ ICED ਲਿਖ ਰਹੀ ਹਾਂ ਤੇ ਰਾਮ ਨੂੰ ਭੇਜ ਰਹੀ ਹਾਂ ਰਸਤੇ ਜਤਿਨ ਇਹਨੂੰ ਪੜ੍ਹ ਸਕਦਾ ਨਹੀਂ ਕਿਉਂਕਿ ਜਤਿਨ ਕੋਲ ਤਾਂ ਅਸਲੀ ਜਿਹੜੀ ਕੋਡਿੰਗ ਦਾ ਤਰੀਕਾ ਹੈ ਜਿਹੜੀ ਇਨਕ੍ਰਿਪਸ਼ਨ ਮੈਂ ਕਰਕੇ ਭੇਜੀ ਹੈ ਉਹਦੀ ਆਥੋਰਾਈਜੇਸ਼ਨ ਹੀ ਨਹੀਂ ਜਤਿਨ ਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਕਹਿਣਾ ਕੀ ਚਾਹ ਰਹੀ ਹਾਂ ਸੋ ਇਸੇ ਫੇਰ ਬਦਲ ਨੂੰ ਜਿਹੜਾ ਆਪਾਂ ਸਿਕਿਉਰਿਟੀ ਆਪਣੇ ਮੈਸੇਜ ਦੀ ਰੱਖਣ ਦੇ ਲਈ ਅੱਖਰਾਂ ਦਾ ਸ਼ਬਦਾਂ ਦਾ ਫੇਰ ਬਦਲ ਕਰਦੇ ਹਾਂ ਹੇਰਾ ਫੇਰੀ ਕਰਦੇ ਹਾਂ ਉਹਨਾਂ ਨੂੰ ਆਪਾਂ ਉਲਟਾ ਪੁਲਟਾ ਕਰਕੇ ਐਨਕੋਡ ਕਰਕੇ ਲਿਖਦੇ ਹਾਂ ਉਸੇ ਚੀਜ਼ ਨੂੰ ਇਨਕ੍ਰਿਪਸ਼ਨ ਕਿਹਾ ਜਾਂਦਾ ਸੋ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊ ਵੀ ਇਨਕ੍ਰਿਪਸ਼ਨ ਹੈ ਕੀ ਸਿੰਪਲੀ ਇਹ ਇੱਕ ਕੋਡਿੰਗ ਹੈ ਜਿਹਦੇ ਥਰੂ ਆਪਾਂ ਮੈਸੇਜ ਇੱਕ ਬੰਦਾ ਦੂਜੇ ਨੂੰ ਭੇਜਦਾ ਤਾਂ ਕਿ ਰਸਤੇ ਦੇ ਵਿੱਚ ਕੋਈ ਵੀ ਪੜ੍ਹ ਨਾ ਸਕੇ ਤੇ ਜਿਹੜੀ ਇਨਕ੍ਰਿਪਸ਼ਨ ਹੈ ਇਹ ਕ੍ਰਿਪਟੋਗ੍ਰਾਫੀ ਦਾ ਇੱਕ ਹਿੱਸਾ ਹੈ ਫਿਰ ਉਹਨੇ ਟਾਈਪਸ ਕੀ ਹੈ ਕਿੰਨੇ ਤਰ੍ਹਾਂ ਦੀ ਇਨਕ੍ਰਿਪਸ਼ਨ ਹੋ ਸਕਦੀ ਹੈ ਸੋ ਆਪਾਂ ਬੇਸਿਕ ਜਿਹੜਾ ਡੇਟਾ ਇਨਕ੍ਰਿਪਸ਼ਨ ਹੈ ਉਹ ਦੋ ਤਰ੍ਹਾਂ ਦੇ ਨਾਲ ਕਰ ਸਕਦੇ ਹਾਂ ਇਹਦੇ ਲਈ ਆਪਾਂ ਸਿਮੈਟ੍ਰਿਕ ਕੀ ਜਾਂ ਪਬਲਿਕ ਕੀ ਇਹ ਮੈਥਡਸ ਦੇ ਨਾਮ ਯਾਦ ਰੱਖਣੇ ਨੇ ਸੋ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਦੇ ਵਿੱਚ ਕੀ ਹੁੰਦਾ ਹੈ ਸੇਮ ਕ੍ਰਿਪਟੋਗ੍ਰਾਫਿਕ ਕੀਜ਼ ਯੂਜ਼ ਕੀਤੀਆਂ ਜਾਂਦੀਆਂ ਨੇ ਇਨਕ੍ਰਿਪਸ਼ਨ ਲਈ ਵੀ ਡਿਕ੍ਰਿਪਸ਼ਨ ਲਈ ਵੀ ਸੋ ਕ੍ਰਿਪਟੋਗ੍ਰਾਫਿਕ ਕੀਜ਼ ਕੀ ਹੁੰਦੀਆਂ ਨੇ ਇਹ ਕੁਝ ਕੋਡਸ ਹੁੰਦੇ ਨੇ ਸਿੰਪਲ ਭਾਸ਼ਾ ਦੇ ਵਿੱਚ ਸਿਮੈਟ੍ਰਿਕ ਦਾ ਮਤਲਬ ਹੈ ਸੇਮ ਤੁਸੀਂ ਨਾਮ ਤੋਂ ਹੀ ਸਮਝ ਸਕਦੇ ਹੋ ਜਦੋਂ ਇਨਕ੍ਰਿਪਸ਼ਨ ਕਰਨ ਦੇ ਲਈ ਸੇਮ ਤਰ੍ਹਾਂ ਦੇ ਕੋਡ ਮੈਸੇਜ ਨੂੰ ਪਲੇਨ ਤੋਂ ਮੀਨਿੰਗਲੈਸ 'ਚ ਬਦਲਣ ਲਈ ਜਾਂ ਮੀਨਿੰਗਲੈਸ ਟੂ ਪਲੇਨ 'ਚ ਬਦਲਣ ਲਈ ਸੇਮ ਤਰ੍ਹਾਂ ਦੀ ਕੀਜ਼ ਕੋਡ ਪਾਸਵਰਡ ਯੂਜ਼ ਕੀਤੇ ਜਾਣ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਜਦੋਂ ਉਲਟਾ ਇਸ ਦਾ ਕਿ ਇੱਕ ਤਾਂ ਆਪਾਂ ਕੋਈ ਪਬਲਿਕ ਹੀ ਯੂਜ਼ ਕਰੀਏ ਜਿਹੜੀ ਕਿ ਜਨਰਲੀ ਸਾਰੇ ਕਰਦੇ ਹੋਣ ਆਮ ਲੋਕ ਇੱਕ ਆਪਾਂ ਕੋਈ ਵਿੱਚ ਸੀਕ੍ਰੈਟ ਕੀ ਰੱਖੀਏ ਕੋਈ ਆਪਾਂ ਇਹੋ ਜਿਹੀ ਕੀ ਜਿਹੜੀ ਕਿ ਕਿਸੇ ਨੂੰ ਹੋਰ ਨੂੰ ਪਤਾ ਨਾ ਹੋਵੇ ਸੋ ਕਹਿੰਦੇ ਇਸ ਚੀਜ਼ ਨੂੰ ਜਦੋਂ ਆਪਾਂ ਪਬਲਿਕ ਪਲੱਸ ਸੀਕ੍ਰੈਟ ਕੀ ਯੂਜ਼ ਕਰਦੇ ਹਾਂ ਆਪਾਂ ਇਹਦੇ ਵਿੱਚ ਸੇਮ ਕੀ ਯੂਜ਼ ਨਹੀਂ ਕਰ ਰਹੇ ਤਾਂ ਉਹਨੂੰ ਆਪਾਂ ਪਬਲਿਕ ਕੀ ਇਨਕ੍ਰਿਪਸ਼ਨ ਕਹਿੰਦੇ ਹਾਂ ਤੇ ਜਿਹੜੀ ਜਦੋਂ ਆਪਾਂ ਪਬਲਿਕ ਕੀ ਇਨਕ੍ਰਿਪਸ਼ਨ ਕਰਦੇ ਹਾਂ ਇਸ ਤਰ੍ਹਾਂ ਦਾ ਆਪਾਂ ਪਾਸਵਰਡ ਲਾਉਂਦੇ ਹਾਂ ਇਹਦੇ ਵਿੱਚ ਆਪਾਂ ਨੂੰ ਕੁਝ ਮੈਥਮੈਟਿਕ ਆਪਾਂ ਨੂੰ ਫਾਰਮੂਲੇ ਲਾਉਣੇ ਪੈਂਦੇ ਨੇ ਕੁਝ ਮੈਥ ਦੀ ਵਰਤੋਂ ਕਰਨੀ ਪੈਂਦੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਏ ਬੀ ਸੀ ਨੂੰ ਆਪਾਂ 1 2 3 ਲਿਖਤਾ ਸੋ ਇਹ ਥੋੜ੍ਹੇ ਹੋਰ ਡਿਫੀਕਲਟ ਇਹ ਤਾਂ ਚਲੋ ਆਸਾਨ ਹੈ ਥੋੜ੍ਹੇ ਹੋਰ ਡਿਫੀਕਲਟ ਟੈਕਨੀਕਲ ਜਿੰਨੇ ਵੀ ਕੰਪਿਊਟਰ ਸੋਫਟਵੇਅਰ ਇੰਜੀਨੀਅਰਸ ਨੇ ਜਾਂ ਕੋਈ ਸਪੈਸ਼ਲੀ ਇਸ ਚੀਜ਼ ਦੇ ਲਈ ਅਪੁਆਇੰਟ ਕੀਤੇ ਜਾਂਦੇ ਨੇ ਐਕਸਪਰਟ ਇਨਕ੍ਰਿਪਸ਼ਨ ਕਰਨ ਦੇ ਲਈ ਉਹਨਾਂ ਨੂੰ ਪਤਾ ਹੁੰਦਾ ਕਿ ਕਿਵੇਂ ਉਹਨਾਂ ਨੇ ਕੋਡਿੰਗ ਡੀਕੋਡਿੰਗ ਕਰਨੀ ਹੈ ਸੋ ਉਹ ਕੀ ਕਰਦੇ ਨੇ ਪਬਲਿਕ ਕੀ ਯੂਜ਼ ਕਰਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕਿਹੜੀ ਸੀਕ੍ਰੈਟ ਕੀ ਯੂਜ਼ ਕਰਨੀ ਹੈ ਕਿਹੜੀ ਪਬਲਿਕ ਕੀ ਯੂਜ਼ ਕਰਨੀ ਹੈ ਤੇ ਉਹਦਾ ਫਾਰਮੂਲਾ ਕਿਹੜਾ ਅਪਣਾਉਣਾ ਸੋ ਸਿੰਪਲੀ ਆਪਾਂ ਸਮਝਣਾ ਹੈ ਕਿ ਇਨਕ੍ਰਿਪਸ਼ਨ ਦੋ ਤਰ੍ਹਾਂ ਦੀ ਹੈ ਇੱਕ ਤਾਂ ਜਦੋਂ ਆਪਾਂ ਸੇਮ ਤਰ੍ਹਾਂ ਦਾ ਪਾਸਵਰਡ ਲਾ ਕੇ ਇਨਕ੍ਰਿਪਟ ਕਰ ਲਈਏ ਕੋਡਿੰਗ ਕਰ ਲਈਏ ਇੱਕ ਜਦੋਂ ਵੱਖ-ਵੱਖ ਤਰ੍ਹਾਂ ਦੇ ਪਬਲਿਕ ਤੇ ਸੀਕ੍ਰੈਟ ਪਾਸਵਰਡ ਯੂਜ਼ ਕਰੀਏ ਤਾਂ ਉਹਨੂੰ ਪਬਲਿਕ ਕੀ ਕਹਿੰਦੇ ਹਾਂ ਫੇਰ ਆਉਂਦਾ ਹੈਸ਼ਿੰਗ ਹੈਸ਼ਿੰਗ ਸਿੰਪਲੀ ਇੱਕ ਅਜਿਹਾ ਟੈਕਨੀਕ ਹੈ ਹੁਣ ਆਪਾਂ ਨੇ ਮੈਂ ਤੁਹਾਨੂੰ ਪਹਿਲਾਂ ਹੀ ਉਹੀ ਐਗਜ਼ਾਮਪਲ ਚੱਕਦੇ ਆ ਰਾਮ ਸ਼ਾਮ ਵਾਲੀ ਕਿ ਰਾਮ ਨੇ ਸ਼ਾਮ ਨੂੰ ਮੈਸੇਜ ਭੇਜਤਾ ਆਪਾਂ ਨੇ ਇਹ ਤਾਂ ਕਹਿਤਾ ਵੀ ਸਿਰਫ ਸ਼ਾਮ ਪੜ੍ਹ ਸਕਦਾ ਹੈ ਸ਼ਾਮ ਕਿਵੇਂ ਪੜ੍ਹ ਸਕਦਾ ਜਿਹੜੇ ਤਰੀਕੇ ਦੇ ਨਾਲ ਸ਼ਾਮ ਰਾਮ ਵੱਲੋਂ ਭੇਜਿਆ ਹੋਇਆ ਮੈਸੇਜ ਪੜ੍ਹ ਰਿਹਾ ਹੈ ਉਸ ਤਰੀਕੇ ਨੂੰ ਹੈਸ਼ਿੰਗ ਕਹਿੰਦੇ ਆ ਸਿੰਪਲ ਹੈਸ਼ਿੰਗ ਇੱਕ ਇਹੋ ਜਿਹੀ ਟੈਕਨੀਕ ਹੈ ਜਿਹੜੀ ਕਿ ਡਾਟਾ ਨੂੰ ਇਨਕ੍ਰਿਪਟ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ ਤੇ ਇਹ ਕੁਝ ਅਨਪ੍ਰੈਡਿਕਟੇਬਲ ਹੈਸ਼ ਵੈਲਿਊਸ ਜਨਰੇਟ ਕਰਦੀ ਹੈ ਮਤਲਬ ਕਿ ਰਾਮ ਨੇ ਸ਼ਾਮ ਨੂੰ ਪਹਿਲਾਂ ਹੀ ਦੱਸਤਾ ਵੀ ਮੈਂ ਤੇਰੇ ਲਈ ਇਹ ਕੋਡ ਰੱਖਿਆ ਸਿਰਫ ਇਹ ਤੈਨੂੰ ਪਤਾ ਹੈ ਸੋ ਸ਼ਾਮ ਉਸ ਚੀਜ਼ ਨੂੰ ਪੜ੍ਹ ਰਿਹਾ ਪ੍ਰੈਡਿਕਟ ਕਰ ਰਿਹਾ ਮਤਲਬ ਪਹਿਲਾਂ ਨਹੀਂ ਸੀ ਉਹਨੂੰ ਪਤਾ ਕਿ 1 ਦਾ ਮਤਲਬ A ਹੈ 2 ਦਾ ਮਤਲਬ B ਹੈ ਪਰ ਹੈਸ਼ਿੰਗ ਦੇ ਤਰੀਕੇ ਦੇ ਨਾਲ ਉਹ ਜਨਰੇਟ ਕਰ ਪਾ ਰਿਹਾ ਵੈਲਿਊਜ਼ ਉਹ A ਨੂੰ 1 ਸਮਝ ਪਾ ਰਿਹਾ ਉਹ B ਨੂੰ 2 ਤੇ C ਨੂੰ 3 ਸਮਝ ਪਾ ਰਿਹਾ ਸੋ ਜਿਹੜਾ ਸਮਝਣ ਸਮਝਾਉਣ ਦਾ ਸਾਰਾ ਤਰੀਕਾ ਹੈ ਇਨਕ੍ਰਿਪਸ਼ਨ 'ਚ ਸਿੰਪਲੀ ਉਹਨੂੰ ਹੈਸ਼ਿੰਗ ਕਹਿੰਦੇ ਆ ਸੋ ਇਟ ਇਜ਼ ਦ ਹੈਸ਼ ਫੰਕਸ਼ਨ ਦੈਟ ਜਨਰੇਟ ਹੈਸ਼ ਕੋਡ ਹੁਣ ਤੁਸੀਂ ਸਮਝ ਗਏ ਕਿ ਜਿਹੜੇ ਤਰੀਕੇ ਦੇ ਨਾਲ ਉਰੇ ਕੋਡ ਜਨਰੇਟ ਕਰ ਪਾਉ ਸ਼ਾਮ
ਉਹਨੂੰ ਆਪਾਂ ਹੈਸ਼ਿੰਗ ਕਹਿੰਦੇ ਆ, ਜਿਹਦੇ ਨਾਲ ਜਿਹੜਾ ਅਨਆਥੋਰਾਈਜ਼ਡ ਯੂਜ਼ਰ ਹੈ ਉਹਦੇ ਤੋਂ ਆਪਾਂ ਨੇ ਜਿਹੜਾ ਸਾਰਾ ਡੇਟਾ ਪ੍ਰੋਟੈਕਟ ਕੀਤਾ ਹੈ ਉਹ ਆਪਣੇ ਕੋਲ ਸੇਫਲੀ ਪਹੁੰਚੂ, ਤੇ ਹੁਣ ਆਪਾਂ ਜਿਹੜੇ ਆਥੋਰਾਈਜ਼ਡ ਪਰਸਨ ਆ ਜਿਹੜੇ ਸਹੀ ਤਰੀਕੇ ਦੇ ਨਾਲ ਹੈਸ਼ਿੰਗ ਕਰਕੇ ਉਹਨੂੰ ਯੂਜ਼ ਕਰ ਸਕਦੇ ਹੋ, ਉਹਦਾ ਸਹੀ ਮਤਲਬ ਕੱਢ ਸਕਦੇ ਆ, ਸਿਰਫ ਉਹੀ ਇਨਸਾਨ ਇਹਨੂੰ ਇਨਕ੍ਰਿਪਟ ਕਰ ਪਾਉ। ਤੇ ਜਿਹੜਾ ਵੀ ਮੈਸੇਜ ਆ ਹਰ ਸਪੈਸੀਫਿਕ ਮੈਸੇਜ ਦੇ ਨਾਲ ਅੱਡ ਅੱਡ ਤਰ੍ਹਾਂ ਦੀ ਵੱਖ ਵੱਖ ਤਰੀਕੇ ਦੀ ਹੈਸ਼ਿੰਗ ਜੁੜੀ ਹੁੰਦੀ ਹੈ, ਅਲੱਗ ਅਲੱਗ ਟੈਕਨੀਕਸ ਜੁੜੀਆਂ ਹੁੰਦੀਆਂ ਨੇ, ਕਈ ਕੋਡ ਸੌਖੇ ਤਰੀਕੇ ਦੇ ਨਾਲ ਡੈਸੀਫਰ ਹੁੰਦੇ ਨੇ, ਕਈ ਕੋਡ ਔਖੇ ਤਰੀਕੇ ਦੇ ਨਾਲ ਆਪਾਂ ਪੜ੍ਹ ਪਾਉਂਦੇ ਹਾਂ। ਸੋ ਇਹ ਅਲੱਗ ਅਲੱਗ ਤਰ੍ਹਾਂ ਦੇ ਹੈਸ਼ਿੰਗ ਦੇ ਤਰੀਕੇ ਨੇ। ਸੋ ਹੈਸ਼ਿੰਗ ਐਲਗੋਰਿਥਮ ਕੀ ਹੈ? ਪ੍ਰੋਵਾਈਡਸ ਅ ਵੇ ਟੂ ਵੈਰੀਫਾਈ ਦੈਟ ਦ ਮੈਸੇਜ ਰਿਸੀਵਡ ਇਜ਼ ਸੇਮ ਐਜ਼ ਦ ਮੈਸੇਜ ਸੈਂਟ। ਕਹਿੰਦੇ ਹੁਣ ਰਾਮ ਨੇ ਸ਼ਾਮ ਨੂੰ ਮੈਸੇਜ ਭੇਜਤਾ, ਸ਼ਾਮ ਨੇ ਉਹ ਮੈਸੇਜ ਨੂੰ ਸਮਝ ਲਿਆ, ਹੁਣ ਆਪਾਂ ਨੇ ਇਹ ਵੀ ਚੈੱਕ ਕਰਨਾ ਹੈ ਵੀ ਸ਼ਾਮ ਨੇ ਸਹੀ ਸਮਝਿਆ। ਸੋ ਉਹ ਸਹੀ ਸਮਝਣ ਦੇ ਲਈ ਸ਼ਾਮ ਆਪਣੇ ਕੋਡ ਨੂੰ ਇੱਕ ਫਾਰਮੂਲੇ ਦੇ ਵਿੱਚ ਪਾ ਦੂਗਾ, ਇੱਕ ਐਂਟਰੀ ਕਰ ਦੂ, ਉਹ ਐਂਟਰੀ ਯੈਸ ਜਾਂ ਨੋ ਕਰੂਗੀ, ਉਹਨੂੰ ਆਪਾਂ ਕਹਿੰਦੇ ਹਾਂ ਹੈਸ਼ਿੰਗ ਐਲਗੋਰਿਥਮ। ਉਹ ਇਹੋ ਜਿਹਾ ਮੈਥਮੈਟੀਕਲ ਫਾਰਮੂਲਾ ਜਿਹਦੇ ਥਰੂ ਆਪਾਂ ਇਹ ਦੇਖ ਸਕਦੇ ਹਾਂ, ਵੈਰੀਫਾਈ ਕਰ ਸਕਦੇ ਹਾਂ ਕਿ ਜਿਹੜਾ ਮੈਸੇਜ ਰਿਸੀਵ ਹੋਇਆ ਉਹ ਸੇਮ ਹੀ ਹੈ, ਉਹਨੂੰ ਰਸਤੇ 'ਚ ਕਿਸੇ ਨੇ ਬਦਲ ਤਾਂ ਨਹੀਂ ਦਿੱਤਾ, ਉਹਦੀ ਸਿਕਿਉਰਿਟੀ ਆਪਣੇ ਕੋਲ ਸਹੀ ਤਰੀਕੇ ਦੇ ਨਾਲ ਪਹੁੰਚੀ ਹੈ, ਕਿਸੇ ਨੇ ਉਹਨੂੰ ਚੇਂਜ ਤਾਂ ਨਹੀਂ ਕਰਤਾ। ਸੋ ਇਹ ਸਾਰਾ ਕੁਝ ਚੈੱਕ ਕਰਨ ਦੇ ਲਈ ਜਿਹੜਾ ਰਾਮ ਨੇ ਮੈਸੇਜ ਭੇਜਿਆ ਉਹਨੂੰ ਆਪਾਂ ਐਲਗੋਰਿਥਮ ਤਰੀਕੇ ਦੇ ਨਾਲ ਇੱਕ ਮੈਥਡ ਦੇ ਵਿੱਚ ਪਾਵਾਂਗੇ, ਤੇ ਸ਼ਾਮ ਨੇ ਫਿਰ ਸ਼ਾਮ ਚੈੱਕ ਕਰੂਗਾ, ਜਿਹੜਾ ਸ਼ਾਮ ਨੇ 1, 2, 3 ਦਾ ਏ ਬੀ ਸੀ ਆਨਸਰ ਕੱਢਿਆ ਇਹਦੇ ਵਿੱਚੋਂ ਆਲ ਆਪਣੇ ਆਪ ਜਦੋਂ ਸ਼ਾਮ ਕੋਡ ਪਾਊਗਾ 1, 2, 3 ਤਾਂ ਏ ਬੀ ਸੀ ਆਨਸਰ ਨਿਕਲ ਕੇ ਆਊ। ਸੋ ਜਦੋਂ ਦੋਨਾਂ ਦੇ ਆਨਸਰ ਸੇਮ ਮੈਚ ਹੋ ਜਾਣਗੇ ਫਿਰ ਇਹ ਵੈਰੀਫਾਈ ਹੋ ਜੂ, ਫਿਰ ਇਹ ਫਾਈਨਲ ਹੋ ਜੂ ਵੀ ਹਾਂ ਜਿਹੜਾ ਸਾਡੇ ਕੋਲ ਮੈਸੇਜ ਪਹੁੰਚਿਆ ਉਹ ਪ੍ਰੋਪਰ ਇਨਕ੍ਰਿਪਟ ਹੋ ਕੇ ਆਇਆ, ਸੇਫਲੀ ਸਾਡੇ ਕੋਲ ਆਇਆ, ਰਸਤੇ 'ਚ ਕਿਸੇ ਥਰਡ ਪਾਰਟੀ ਨੇ ਉਹਨੂੰ ਗਲਤ ਯੂਜ਼ ਨਹੀਂ ਕੀਤਾ, ਉਹਨੂੰ ਬਦਲਿਆ ਨਹੀਂ। ਤੇ ਇਹ ਜਿਹੜਾ ਸਾਰਾ ਟੈਕਸਟ ਹੈ, ਇਨਪੁੱਟ ਹੈ, ਇਹ ਕੰਪਿਊਟਰਾਈਜ਼ ਮੈਥਮੈਟੀਕਲ ਫਾਰਮੂਲੇ ਦੇ ਥਰੂ ਕੀਤਾ ਜਾਂਦਾ ਹੈ। ਸੋ ਕਹਿੰਦੇ ਹੁਣ ਆਪਾਂ ਹੈਸ਼ਿੰਗ ਦੇ ਮੇਨ ਪੁਆਇੰਟ ਦੇਖ ਲੈਂਦੇ ਹਾਂ। ਜਿਹੜੀ ਲੈਂਥ ਹੈ ਕੰਪਿਊਟਡ ਵੈਲਿਊ ਦੀ ਉਹ ਓਰੀਜਨਲ ਮੈਸੇਜ ਤੋਂ ਬਹੁਤ ਛੋਟੀ ਹੁੰਦੀ ਹੈ, ਉਹ ਤਾਂ ਪਤਾ ਹੀ ਹੈ ਕਿ ਜਦੋਂ ਆਪਾਂ ਕੋਡਿੰਗ ਕਰਕੇ ਕੋਈ ਚੀਜ਼ ਭੇਜ ਰਹੇ ਹਾਂ ਤਾਂ ਜਿਹੜਾ ਉਹਦੇ 'ਚੋਂ ਇੱਕ ਆਪਣੇ ਕੋਲ ਰਿਜ਼ਲਟ ਨਿਕਲ ਕੇ ਆਊਗਾ ਉਹ ਛੋਟਾ ਨਿਕਲ ਕੇ ਆਊਗਾ। ਕਹਿੰਦੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਪਲੇਨ ਟੈਕਸਟ ਮੈਸੇਜ ਨੇ ਉਹ ਕਈ ਵਾਰੀ ਸੇਮ ਵੈਲਿਊਜ਼ ਦੇ ਨਾਲ ਵੀ ਆਪਾਂ ਜਨਰੇਟ ਕਰ ਪਾਉਂਦੇ ਹਾਂ, ਜਿਵੇਂ ਫੋਰ ਐਗਜ਼ਾਮਪਲ ਇਹਦਾ ਮਤਲਬ ਕੀ ਹੈ, ਇੱਕ ਕੋਡ ਹੈ ਏ ਬੀ ਸੀ ਜਿਹਦਾ ਮਤਲਬ ਹੈ 1, 2, 3 ਤੇ ਇੱਕ ਕੋਡ ਹੈ ਬੀ ਸੀ ਡੀ, ਸੋ 2, 3, 4 ਸੋ ਹੁਣ ਉਰੇ ਜਿਹੜਾ 2, 3 ਹੈ ਉਹ ਕਾਮਨ ਹੈ। ਸੋ ਇਸ ਤਰੀਕੇ ਦੇ ਨਾਲ ਕਹਿੰਦੇ ਕਈ ਵਾਰੀ ਸਿੱਧੇ ਸਾਧੇ ਪਲੇਨ ਜੇ 2-3 ਮੈਸੇਜ ਨੇ ਉਹਨਾਂ ਦੀਆਂ ਵੈਲਿਊਜ਼ ਵੀ ਆਪਣੇ ਕੋਲ ਸੇਮ ਨਿਕਲ ਕੇ ਆਉਂਦੀਆਂ ਨੇ। ਸੋ ਇਹ ਚੀਜ਼ ਆਪਾਂ ਨੇ ਸਮਝਣੀ ਹੈ। ਫਿਰ ਆਉਂਦਾ ਸਪੈਸੀਫਿਕ ਇਨਕ੍ਰਿਪਸ਼ਨ ਐਲਗੋਰਿਥਮ, ਮਤਲਬ ਕਿ ਜਿਹੜਾ ਮੈਂ ਤੁਹਾਨੂੰ ਕਿਹਾ ਪਿੱਛੇ ਵੀ ਆਪਾਂ ਮੈਥਮੈਟੀਕਲ ਫਾਰਮੂਲੇ ਯੂਜ਼ ਕਰਦੇ ਹਾਂ ਇਨਕ੍ਰਿਪਸ਼ਨ ਨੂੰ ਕਰਨ ਦੇ ਲਈ, ਕੁਝ ਕੰਪਿਊਟਰ ਬੇਸਡ ਕੈਲਕੂਲੇਸ਼ਨਸ ਹੁੰਦੀਆਂ ਨੇ, ਇਹ ਸਾਰੀਆਂ ਚੀਜ਼ਾਂ ਕਰਨ ਦੇ ਕੁਝ ਤਰੀਕੇ ਨੇ। ਤੇ ਮੇਨਲੀ ਆਪਾਂ ਇਹਦੇ ਅੰਦਰ 5 ਤਰੀਕੇ ਪੜਾਂਗੇ ਜੋ ਐਗਜ਼ਾਮ ਦੇ ਲਈ ਤੁਸੀਂ ਸਮਝ ਕੇ ਜਾਣੇ ਨੇ। ਇਹਨਾਂ ਦੀ ਡੀਟੇਲ ਇੰਨੀ ਇੰਪੋਰਟੈਂਟ ਨਹੀਂ ਹੈ, ਸਿਰਫ ਤੁਸੀਂ ਇਹਨਾਂ ਦੀ ਫੁੱਲ ਫਾਰਮ ਤੇ ਬੇਸਿਕ ਇਹ ਕਹਿੰਦੇ ਕੀ ਨੇ, ਸੋ ਉਹੀ ਆਪਾਂ ਨੇ ਐਗਜ਼ਾਮ ਦੇ ਲਈ ਤਿਆਰ ਕਰਕੇ ਜਾਣਾ। ਸੋ ਸਭ ਤੋਂ ਪਹਿਲਾਂ ਸਪੈਸੀਫਿਕ ਇਨਕ੍ਰਿਪਸ਼ਨ ਐਲਗੋਰਿਥਮ, ਪਹਿਲੀ ਆਉਂਦੀ ਆ AES, ਐਡਵਾਂਸਡ ਇਨਕ੍ਰਿਪਸ਼ਨ ਸਟੈਂਡਰਡ। ਸੋ ਇਹ ਜਿਹੜਾ ਮੈਥਡ ਹੈ ਇਹ ਬਹੁਤ ਟਰਸਟਫੁਲ ਮੈਥਡ ਹੈ, ਇਹਨੂੰ ਬਹੁਤ ਜਾਣੇ ਯੂਜ਼ ਕਰਦੇ ਨੇ। ਜਿਹੜੀ AES ਹੈ ਇਹਨੂੰ ਅਮੈਰੀਕਾ ਦੀ ਸਰਕਾਰ ਯੂਜ਼ ਕਰਦੀ ਹੈ ਆਪਣੇ ਮੈਸੇਜਿਸ ਨੂੰ ਇਨਕ੍ਰਿਪਟ ਕਰਵਾਉਣ ਦੇ ਲਈ, ਆਪਣੇ ਪ੍ਰਾਈਵੇਟ ਡੇਟਾ ਨੂੰ ਬਚਾ ਕੇ ਰੱਖਣ ਲਈ। ਸੋ ਆਪਾਂ ਨੇ ਸਿਰਫ ਸਿੱਧਾ ਸਿੱਧਾ ਇਹ ਸਮਝਣਾ ਕਿ ਕਿਹੜਾ ਮੈਥਡ ਕਿੱਥੇ ਯੂਜ਼ ਹੁੰਦਾ ਤੇ ਉਹਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਵਰਤਿਆ ਜਾਂਦਾ। ਸੋ ਅਮੈਰੀਕਾ ਦੀ ਜਿਹੜੀ ਸਰਕਾਰੀ ਤਰੀਕੇ ਦੀਆਂ ਕੋਈ ਵੀ ਗਵਰਨਮੈਂਟ ਨਾਲ ਰਿਲੇਟਡ ਜਾਂ ਹੋਰ ਆਰਗੇਨਾਈਜੇਸ਼ਨ ਨਾਲ ਰਿਲੇਟਡ ਇੱਕ ਟਰਸਟਡ, ਇੱਕ ਭਰੋਸੇਮੰਦ ਸਟੈਂਡਰਡ ਹੈ ਇਨਕ੍ਰਿਪਸ਼ਨ ਦਾ, ਉਹ ਹੈ AES। ਦੂਜਾ ਆਉਂਦਾ AAAES। AAAES ਹੈ ਜਿਹੜਾ, ਇਹ ਜਿਹੜਾ ਓਰੀਜਨਲ ਸੀ ਇਹਦਾ ਡੇਟਾ ਇਨਕ੍ਰਿਪਸ਼ਨ ਸਟੈਂਡਰਡ ਐਲਗੋਰਿਥਮ, ਉਹਨੂੰ ਹੀ ਬਦਲ ਕੇ AAAES ਬਣਾਇਆ ਗਿਆ। ਸੋ DES ਦੀ ਫੁੱਲ ਫਾਰਮ ਹੈ ਡੇਟਾ ਇਨਕ੍ਰਿਪਸ਼ਨ ਸਟੈਂਡਰਡ। ਸੋ ਬੇਸਿਕਲੀ ਇਹ ਬਚਾਇਆ ਜਾਂਦਾ, ਜਿੰਨੇ ਵੀ ਹੈਕਰ ਵਗੈਰਾ ਨੇ ਉਹ ਇਹ ਫਾਈਂਡ ਆਊਟ ਕਰ ਲੈਂਦੇ ਨੇ, ਲੱਭ ਲੈਂਦੇ ਨੇ ਵੀ ਉਹਨਾਂ ਨੇ DES ਨੂੰ ਕਿਵੇਂ ਹੈਕ ਕਰਨਾ, ਕਿਵੇਂ ਉਹਨੇ ਇਸ ਮੈਸੇਜ ਨੂੰ ਤੋੜਨਾ।
ਸੋ ਇਸੇ ਚੀਜ਼ ਨੂੰ ਬਚਾਉਣ ਦੇ ਲਈ ਜਿਹੜਾ ਪੁਰਾਣਾ DES ਦਾ ਮੈਥਡ ਸੀ ਉਹਨੂੰ ਹੋਰ ਇਫੈਕਟਿਵ ਕਰਨ ਦੇ ਲਈ ਮਜ਼ਬੂਤ ਕਰਨ ਦੇ ਲਈ ਟ੍ਰਿਪਲ DES ਲਿਆਂਦਾ ਗਿਆ ਤੇ ਮੋਸਟਲੀ ਇਹ ਜਿਹੜਾ ਇੰਡਸਟਰੀਅਲ ਸੈਕਟਰ ਹੈ ਉੱਥੇ ਵਰਤਿਆ ਜਾਂਦਾ ਸੋ ਇਹ ਆਪਾਂ ਨੇ ਯਾਦ ਰੱਖਣਾ ਹੈ ਇਹਦੇ ਵਿੱਚ ਕੁਝ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕੋਈ ਪਾਸਵਰਡ ਰੱਖੇ ਜਾਂਦੇ ਨੇ ATM ਪਿੰਸ ਜਿਵੇਂ ਹੁੰਦੇ ਨੇ ਸੋ ਉਸ ਤਰ੍ਹਾਂ ਦੇ ਕੁਝ ਕੋਡਸ ਰੱਖੇ ਜਾਂਦੇ ਨੇ ਟ੍ਰਿਪਲ DES ਦੇ ਅੰਦਰ ਫਿਰ ਆਉਂਦਾ RSA ਇੱਕ ਪਬਲਿਕ ਕੀ ਹੈ ਹੁਣ ਤੁਸੀਂ ਉਰੇ ਰਿਵਾਈਜ਼ ਕਰ ਲਓ ਨਾਲ ਦੀ ਨਾਲ ਕਿ ਪਬਲਿਕ ਕੀ ਸੀ ਜਿਹਦੇ ਵਿੱਚ ਪਬਲਿਕ ਪਲੱਸ ਸੀਕ੍ਰੇਟ ਕੀ ਯੂਜ਼ ਕੀਤੀ ਜਾਂਦੀ ਸੀ ਸੋ ਇਹ ਸਿਮਿਲਰ ਸਿਮੈਟ੍ਰਿਕ ਤੋਂ ਉਲਟੀ ਸੀ ਸੋ ਪਬਲਿਕ ਕੀ ਇਨਕ੍ਰਿਪਸ਼ਨ ਅਸਿਮੈਟ੍ਰਿਕ ਐਲਗੋਰਿਥਮ ਐਂਡ ਦ ਸਟੈਂਡਰਡ ਫਾਰ ਇਨਕ੍ਰਿਪਟਿੰਗ ਇਨਫੋਰਮੇਸ਼ਨ ਟ੍ਰਾਂਸਮਿਟਡ ਵਾਇਆ ਦ ਇੰਟਰਨੈਟ This is robust and reliable because it creates a massive bunch of gibberish that frustrate would be hackers causing them to expend a lot of time and energy to crack. ਕਹਿੰਦੇ ਜਿਹੜਾ ਇਹ ਤਰੀਕਾ ਇਹ ਇੰਨਾ ਗੁੰਝਲਦਾਰ ਹੈ ਇਹਦੇ ਚ ਇੰਨੀਆਂ ਕੀਜ਼ ਨੇ ਇੰਨੇ ਸੀਕ੍ਰੇਟ ਕੀਜ਼ ਨੇ ਪਾਸਵਰਡ ਨੇ ਕਿ ਹੈਕਰ ਅੱਕ ਜਾਂਦਾ ਕਿ ਮੈਂ ਤਾਂ ਹੈਕ ਕਰਨਾ ਹੀ ਨਹੀਂ ਛੱਡ ਦੋ ਸੋ ਕਹਿੰਦੇ ਹੈਕਰਸ ਨੂੰ ਇਹ ਤੰਗ ਕਰ ਦਿੰਦਾ ਫਰਸਟ੍ਰੇਟ ਕਰ ਦਿੰਦਾ ਇੰਨਾ ਗੁੰਝਲਦਾਰ ਇੱਕ ਪ੍ਰੋਸੀਜਰ ਹੈ ਸੋ ਮੇਨਲੀ ਹੈਕਰਸ ਤੋਂ ਬਚਾਉਣ ਲਈ ਡੇਟਾ ਨੂੰ RSA ਯੂਜ਼ ਕੀਤਾ ਜਾਂਦਾ ਹੈ ਰਾਈਵੈਸਟ ਸ਼ਮੀਰ ਐਡਲਮੈਨ ਤੁਸੀਂ ਇਹ ਯਾਦ ਰੱਖਣੀ ਹੈ ਇਹਦੀ ਐਬਰੀਵੀਏਸ਼ਨ ਫਿਰ ਆਉਂਦਾ ਬਲੋਫਿਸ਼ ਇਹ ਇੱਕ ਹੋਰ ਐਲਗੋਰਿਥਮ ਦਾ ਤਰੀਕਾ ਹੈ ਹੋਰ ਇਨਕ੍ਰਿਪਸ਼ਨ ਕਰਨ ਦਾ ਤਰੀਕਾ ਹੈ ਸੋ ਬੇਸਿਕਲੀ ਜਿਹੜੇ ਹੁਣ ਆਪਾਂ ਤਰੀਕੇ ਪੜ੍ਹ ਰਹੇ ਹਾਂ ਇਹ ਕੁਝ ਇਨਕ੍ਰਿਪਸ਼ਨ ਦੇ ਹੀ ਤਰੀਕੇ ਨੇ ਜਿਹੜਾ ਆਪਾਂ ਨੇ ਡੇਟਾ ਪ੍ਰੋਟੈਕਟ ਕਰਨਾ ਹੈ ਉਹ ਅਲੱਗ ਅਲੱਗ ਜਗ੍ਹਾ ਤੇ ਅਲੱਗ ਅਲੱਗ ਨਾਮ ਕੰਪਨੀਆਂ ਦੇ ਅੰਦਰ ਕੀਤਾ ਜਾਂਦਾ ਹੈ ਸੋ ਇਹ ਵੱਖ ਵੱਖ ਤਰ੍ਹਾਂ ਦੇ ਤਰੀਕੇ ਨੇ ਸੋ ਇਹ ਨੇ DES ਜਿਹੜਾ ਤਰੀਕਾ ਸੀ ਉਹਨੂੰ ਪੂਰੀ ਤਰ੍ਹਾਂ ਰਿਪਲੇਸ ਕਰਤਾ ਸੀ ਬਲੋਫਿਸ਼ ਨੇ ਬੇਸਿਕਲੀ ਇਹ ਕੀ ਕਰਦਾ ਇਹ ਮੈਸੇਜ ਨੂੰ 64 ਬਿੱਟ ਬਲੌਕ ਦੇ ਵਿੱਚ ਬ੍ਰੇਕ ਕਰਦਾ ਤੋੜਦਾ ਤੇ ਹਰ ਮੈਸੇਜ ਨੂੰ ਅਲੱਗ ਅਲੱਗ ਇੰਡੀਵਿਜੁਅਲੀ ਤੋੜ ਮਰੋੜ ਕੇ ਸਮਝਣ ਦੀ ਕੋਸ਼ਿਸ਼ ਕਰਦਾ ਹੈ ਇਨਕ੍ਰਿਪਟ ਕਰਦਾ ਹੈ ਜਿਹੜਾ ਬਲੋਫਿਸ਼ ਤਰੀਕਾ ਹੈ ਇਹ ਕਿਉਂ ਯੂਜ਼ ਕੀਤਾ ਜਾਂਦਾ ਹੈ ਇਹ ਤੇਜ਼ ਬਹੁਤ ਹੈ ਫਾਸਟ ਬਹੁਤ ਹੈ ਫਲੈਕਸੀਬਲ ਬਹੁਤ ਹੈ ਤੇ ਉੱਪਰ ਦੀ ਜਦੋਂ ਆਪਾਂ ਕਹਿੰਦੇ ਹਾਂ ਵੀ ਹਰ ਮੈਸੇਜ ਨੂੰ ਇੰਡੀਵਿਜੁਅਲੀ ਅਲੱਗ ਅਲੱਗ ਤਰੀਕੇ ਦੇ ਨਾਲ ਇੱਕ ਇੱਕ ਵਰਡ ਨੂੰ ਇਨਕ੍ਰਿਪਟ ਕੀਤਾ ਜਾਂਦਾ ਹੈ ਤਾਂ ਇਹਦੇ ਨਾਲ ਰਿਲਾਇਬਿਲਿਟੀ ਬਹੁਤ ਵੱਧਦੀ ਹੈ ਸੋ ਮੋਸਟਲੀ ਜਿਵੇਂ ਆਨਲਾਈਨ ਜਿਹੜੀਆਂ ਬਿਜ਼ਨਸ ਕਰਦੇ ਨੇ ਕਮਰਸ ਕਰਦੇ ਨੇ ਉਹ ਪਲੈਟਫਾਰਮ ਆਪਣੇ ਡੇਟਾ ਨੂੰ ਬਚਾ ਕੇ ਰੱਖਣ ਲਈ ਜਿਵੇਂ ਐਮਾਜ਼ਨ ਹੋ ਗਿਆ ਫਲਿੱਪਕਾਰਟ ਸੋ ਜਿਹੜੇ ਇੱਦਾਂ ਦੇ ਵੱਡੇ ਈ-ਕਮਰਸ ਪਲੈਟਫਾਰਮ ਨੇ ਹੁਣ ਉੱਥੇ ਆਪਾਂ ਆਪਣੀ ਸਾਰੀ ਡੇਟਾ ਪਾਉਂਦੇ ਹਾਂ ਆਪਾਂ ਆਪਣਾ UPI ਪਾ ਦਿੰਦੇ ਹਾਂ ਅਕਾਊਂਟ ਪਾ ਦਿੰਦੇ ਹਾਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਪਾ ਦਿੰਦੇ ਹਾਂ ਸੋ ਇਹ ਸਾਰੀ ਚੀਜ਼ਾਂ ਦੀ ਸੇਫਟੀ ਸਿਕਿਓਰ ਕੌਣ ਕਰਦਾ ਕਿ ਸਿੱਧਾ ਜਿਹੜਾ ਆਪਣਾ ਡੇਟਾ ਰਸਤੇ 'ਚ ਕਿਸੇ ਹੈਕਰ ਕੋਲ ਨਾ ਜਾਵੇ ਐਮਾਜ਼ਨ ਕੋਲ ਪਹੁੰਚੇ ਜਿਨ੍ਹਾਂ ਨੇ ਆਪਾਂ ਨੂੰ ਪ੍ਰੋਡਕਟ ਵੇਚਣਾ ਹੈ ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੀ ਹੈ ਬਲੋਫਿਸ਼ ਸੋ ਇਹ ਆਪਾਂ ਨੇ ਯਾਦ ਰੱਖਣਾ ਫਿਰ ਆਉਂਦੀ ਹੈ ਟੂ ਫਿਸ਼ ਕੀ ਹੈ ਬਲੋਫਿਸ਼ ਦੀ ਹੀ ਸਕਸੈਸਰ ਹੈ ਬਲੋਫਿਸ਼ ਤੋਂ ਬਾਅਦ ਆਪਣੇ ਕੋਲ ਟੂ ਫਿਸ਼ ਆਏ ਇੱਕ ਲਾਇਸੈਂਸ ਫ੍ਰੀ ਸਿਮੈਟ੍ਰਿਕ ਇਨਕ੍ਰਿਪਸ਼ਨ ਹੈ ਸਿਮੈਟ੍ਰਿਕ ਮਤਲਬ ਕਿ ਸੇਮ ਕੀ ਇਨਕ੍ਰਿਪਟ ਤੇ ਡਿਕ੍ਰਿਪਟ ਲਈ ਸੇਮ ਕੀ ਤੇ ਇਹ 128 ਬਿੱਟ ਬਲੌਕ ਦੇ ਵਿੱਚ ਡਾਟਾ ਨੂੰ ਵੰਡਦੀ ਹੈ ਸੋ ਐਡੀਸ਼ਨਲੀ ਟੂ ਫਿਸ਼ ਆਲਵੇਸ ਇਨਕ੍ਰਿਪਟ ਡੇਟਾ ਇਨ 16 ਰਾਊਟ ਨੋ ਮੈਟਰ ਵਟ ਦਾ ਕੀ ਸਾਈਜ਼ ਕਹਿੰਦੇ ਇਹਦੇ ਕੋਲ ਤੁਸੀਂ ਇੱਕ ਮੈਸੇਜ ਭੇਜਤਾ ਉਹਨੂੰ 16 ਵਾਰੀ 16 ਰਾਊਂਡਸ ਦੇ ਵਿੱਚ ਵੱਖ ਵੱਖ ਤਰੀਕੇ ਦੇ ਨਾਲ 16 ਵਾਰੀ ਚੰਗੀ ਤਰ੍ਹਾਂ ਸਮਝ ਕੇ ਪਰਖ ਕੇ ਫਿਰ ਤੁਹਾਨੂੰ ਮੈਸੇਜ ਸਮਝਾਊਗੀ ਸੋ ਇੰਨਾ ਜ਼ਿਆਦਾ ਇਹ ਸੇਫ ਸਿਕਿਓਰ ਚੀਜ਼ ਹੈ ਕਿ ਜਿਹੜਾ ਤੁਹਾਡਾ ਮੈਸੇਜ ਹੈ ਉਹਨੂੰ ਕੋਈ ਪੜ੍ਹ ਹੀ ਨਹੀਂ ਸਕਦਾ ਰਸਤੇ 'ਚ 16 ਰਾਊਂਡਸ ਦੇ ਵਿੱਚੋਂ ਗੁਜ਼ਰਦਾ ਹੈ ਮੈਸੇਜ ਇਨਕ੍ਰਿਪਟ ਹੋਣ ਦੇ ਲਈ ਸੋ ਇੱਕ ਪਰਫੈਕਟ ਆਪਣੇ ਕੋਲ ਇਨਕ੍ਰਿਪਸ਼ਨ ਦਾ ਤਰੀਕਾ ਹੈ ਜਿੰਨੇ ਵੀ ਸੌਫਟਵੇਅਰ ਹਾਰਡਵੇਅਰ ਵੱਡੀਆਂ ਕੰਪਨੀਆਂ ਨੇ ਬਿਗ ਬਿਜ਼ਨਸ ਟਾਈਕੂਨਸ ਨੇ ਉਹ ਸਾਰੇ ਇਹਨੂੰ ਹੀ ਪ੍ਰੈਫਰ ਕਰਦੇ ਨੇ ਯੂਜ਼ ਕਰਨਾ ਕਿਉਂਕਿ ਬਹੁਤ ਜ਼ਿਆਦਾ ਫਾਸਟ ਤੇ ਸੇਫ ਮੰਨਿਆ ਜਾਂਦਾ ਜਿੰਨੀਆਂ ਵੀ ਫਾਈਲ ਨੇ ਫੋਲਡਰ ਨੇ ਆਪਾਂ ਦੇਖਦੇ ਹਾਂ ਵੱਡੀਆਂ ਵੱਡੀਆਂ ਕੰਪਨੀਆਂ ਉਹ ਸਾਰੀਆਂ ਇਸੇ ਸੌਫਟਵੇਅਰ ਨੂੰ ਯੂਜ਼ ਕਰਕੇ ਸੇਫਲੀ ਆਪਣਾ ਡਾਟਾ ਪ੍ਰੋਟੈਕਟ ਕਰਕੇ ਰੱਖਦੀਆਂ ਨੇ ਹੈਕਰਸ ਤੋਂ ਸੋ ਹੁਣ ਆਪਾਂ ਨੇ ਬੇਸਿਕ ਸਾਰਾ ਟੌਪਿਕ ਸਮਝ ਲਿਆ ਆਪਾਂ ਨੂੰ ਮੈਨੂੰ ਲੱਗਦਾ ਤੁਹਾਨੂੰ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬੈਠ ਗਿਆ ਹੋਊਗਾ ਮੈਂ ਬਾਰ ਬਾਰ ਚੀਜ਼ਾਂ ਨੂੰ ਇਸੇ ਲਈ ਰਿਪੀਟ ਕਰਦੀ ਹਾਂ ਸੋ ਦੈਟ ਤੁਹਾਨੂੰ ਵੀਡੀਓ ਨੂੰ ਸੁਣਦੇ ਸੁਣਦੇ ਹੀ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਚੰਗੀ ਤਰ੍ਹਾਂ ਬੈਠ ਜਾਣ ਉਸ ਤੋਂ ਬਾਅਦ ਆਉਂਦਾ ਹੈ ਕਿ ਜ਼ਰੂਰਤ ਕੀ ਹੈ ਫਾਇਦੇ ਕੀ ਨੇ ਇਨਕ੍ਰਿਪਸ਼ਨ ਦੇ ਆਪਾਂ ਇਨਕ੍ਰਿਪਸ਼ਨ ਕਰਦੇ ਕਿਉਂ ਆ ਐਡਵਾਂਟੇਜਿਸ ਆਫ ਯੂਜ਼ਿੰਗ ਇਨਕ੍ਰਿਪਸ਼ਨ ਸੋ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਡਾਟਾ ਨੂੰ ਪ੍ਰੋਟੈਕਟ ਕਰਦਾ ਸਿਕਿਉਰਿਟੀ ਦਿੰਦਾ ਉਸ ਤੋਂ ਬਾਅਦ
ਡਾਟਾ ਦੀ ਇੰਟੀਗ੍ਰਿਟੀ ਉਹਦੀ ਅਸਲੀ ਜਿਹੜੀ ਚੀਜ਼ ਹੈ ਉਹਨੂੰ ਉਵੇਂ ਹੀ ਬਚਾ ਕੇ ਰੱਖਦਾ ਕਿਸੇ ਫਰਾਡ ਤੋਂ ਕਿਸੇ ਸਾਈਬਰ ਅਟੈਕ ਤੋਂ ਕਿਸੇ ਕਰਪਸ਼ਨ ਤੋਂ ਜਾਂ ਉਹਨੂੰ ਕੋਈ ਬਦਲ ਨਾ ਦੇਵੇ ਉਹ ਚੀਜ਼ਾਂ ਨੂੰ ਕੌਣ ਬਚਾ ਕੇ ਰੱਖਦਾ ਇਨਕ੍ਰਿਪਸ਼ਨ ਤੀਜਾ ਇਹ ਕਿਸੇ ਪ੍ਰਾਈਵੇਟ ਇਨਸਾਨ ਦੀ ਜਿਹੜੀ ਕਮਿਊਨੀਕੇਸ਼ਨ ਹੈ ਉਹਨੂੰ ਪ੍ਰੋਟੈਕਟ ਕਰਦਾ ਸੋ ਇਹ ਸੈਂਸਿਟਿਵ ਡੇਟਾ ਨੂੰ ਪ੍ਰੋਟੈਕਟ ਕਰਦੇ ਆ ਸੋ ਜਨਰਲੀ ਡੇਟਾ ਇਜ਼ ਮੋਸਟ ਵਲਨਰੇਬਲ ਵੈਨ ਇਟ ਇਜ਼ ਬੀਇੰਗ ਮੂਵ ਫਰੋਮ ਵਨ ਲੋਕੇਸ਼ਨ ਟੂ ਅਨਦਰ ਇਨਕ੍ਰਿਪਸ਼ਨ ਵਰਕਸ ਡਿਊਰਿੰਗ ਡੇਟਾ ਟ੍ਰਾਂਸਪੋਰਟ ਔਰ ਐਟ ਰੈਸਟ ਮੇਕਿੰਗ ਇਟ ਐਨ ਆਈਡੀਅਲ ਸੋਲਿਊਸ਼ਨ ਨੋ ਮੈਟਰ ਵੇਅਰ ਡੇਟਾ ਇਜ਼ ਸਟੋਰਡ ਔਰ ਹਾਊ ਇਟ ਇਜ਼ ਯੂਜ਼ਡ ਇਨਕ੍ਰਿਪਸ਼ਨ ਸ਼ੁੱਡ ਬੀ ਸਟੈਂਡਰਡ ਫਾਰ ਆਲ ਡੇਟਾ ਆਲਵੇਜ਼ ਸਟੋਰਡ ਰਿਗਾਰਡਲੈਸ ਆਫ ਵੈਦਰ ਇਟ ਇਜ਼ ਡੀਮਡ ਇੰਪੋਰਟੈਂਟ ਕਹਿੰਦੇ ਸਭ ਤੋਂ ਜ਼ਿਆਦਾ ਖਤਰਾ ਇੱਕ ਡੇਟਾ ਨੂੰ ਕਦੋਂ ਹੁੰਦਾ ਜਦੋਂ ਉਹ ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੇ ਪਹੁੰਚਾਇਆ ਜਾਂਦਾ ਸੋ ਸੇਫਲੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦੇ ਲਈ ਆਪਾਂ ਇਨਕ੍ਰਿਪਸ਼ਨ ਕਰਦੇ ਹਾਂ ਉਹਨੂੰ ਬਦਲ ਕੇ ਰੱਖ ਦਿੰਦੇ ਹਾਂ ਮੈਸੇਜ ਨੂੰ ਕਿ ਕੋਈ ਹੋਰ ਨਾ ਇਹਨੂੰ ਸਮਝ ਸਕੇ ਸਿਰਫ ਜਿਹੜੇ ਐਕਸਪਰਟ ਨੇ ਡੇਟਾ ਨੂੰ ਐਨਾਲਾਈਜ਼ ਕਰਨ ਲਈ ਇਨਕ੍ਰਿਪਟ ਕਰਨ ਲਈ ਕੰਪਨੀਆਂ ਨੇ ਐਕਸਪਰਟ ਬਿਠਾਏ ਹੋਏ ਨੇ ਇੰਜੀਨੀਅਰ ਬਿਠਾਏ ਹੋਏ ਨੇ ਸਿਰਫ ਉਹੀ ਸਮਝ ਸਕਣ ਫਿਰ ਆਉਂਦਾ ਹੈਕਰਸ ਡੋਂਟ ਸਟੀਲ ਇਨਫੋਰਮੇਸ਼ਨ ਦੇ ਆਲਸੋ ਕੈਨ ਬੈਨੀਫਿਟ ਫਰੋਮ ਆਲਟਰਿੰਗ ਡੇਟਾ ਕਹਿੰਦੇ ਹੈਕਰ ਸਿਰਫ ਤੁਹਾਡੀ ਇਨਫੋਰਮੇਸ਼ਨ ਚੋਰੀ ਹੀ ਨਹੀਂ ਕਰਦੇ ਕਈ ਵਾਰੀ ਬਦਲ ਦਿੰਦੇ ਨੇ ਫਰਾਡ ਕਰਦੇ ਨੇ ਸੋ ਇਸੇ ਸਾਰੀਆਂ ਚੀਜ਼ਾਂ ਨੂੰ ਸਾਈਬਰ ਅਟੈਕ ਨੂੰ ਕਰਪਸ਼ਨ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਡਿਟੈਕਟ ਕਰਨ ਦੇ ਲਈ ਆਪਾਂ ਇਨਕ੍ਰਿਪਟ ਕਰਦੇ ਹਾਂ ਡਾਟਾ ਨੂੰ ਫਿਰ ਜਿੰਨਾ ਵੀ ਸੈਂਸਿਟਿਵ ਡਾਟਾ ਕਿਸੇ ਦੀ ਕੋਈ ਪਰਸਨਲ ਇਨਫੋਰਮੇਸ਼ਨ ਹੈ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਵਟਸਐਪ ਆਪਾਂ ਜਦੋਂ ਵੀ ਹੁਣ ਵਟਸਐਪ ਦੇਖਦੇ ਹਾਂ ਥੋੜੇ ਸਮੇਂ ਤੋਂ ਉਹਦੇ 'ਚ ਲਿਖ ਕੇ ਆਉਂਦਾ ਦਿਸ ਚੈਟ ਇਜ਼ ਪ੍ਰੋਟੈਕਟਿਡ ਇਨਕ੍ਰਿਪਟਿਡ ਐਂਡ ਟੂ ਐਂਡ ਇਨਕ੍ਰਿਪਸ਼ਨ ਲਿਖ ਕੇ ਆਉਂਦਾ ਹੁੰਦਾ ਇਹਦਾ ਮਤਲਬ ਹੈ ਤੁਸੀਂ ਕਿਸੇ ਨਾਲ ਜੋ ਵੀ ਚੈਟ ਕਰ ਰਹੇ ਹੋ ਉਹ ਤੁਹਾਡੀ ਸੇਫ ਹੈ ਸਿਕਿਓਰ ਹੈ ਵਿੱਚੋਂ ਉਹਨੂੰ ਕੋਈ ਵੀ ਹੈਕ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਐਡਵਾਂਟੇਜ ਹੈ ਬਹੁਤ ਵੱਡੀ ਐਗਜ਼ਾਮਪਲ ਹੈ ਇਨਕ੍ਰਿਪਸ਼ਨ ਦੀ ਪ੍ਰਾਈਵੇਸੀ ਨੂੰ ਲੈ ਕੇ ਫਿਰ ਆਉਂਦਾ ਇਟ ਇਜ਼ ਅ ਪਾਰਟ ਆਫ ਕੰਪਲਾਈਂਸ ਕਹਿੰਦੇ ਕਈ ਇੰਡਸਟਰੀਜ਼ ਨੂੰ ਕਈ ਬਹੁਤ ਸਾਰੀਆਂ ਜਿਵੇਂ ਆਨਲਾਈਨ ਜਿਵੇਂ ਬਿਜ਼ਨਸ ਹੁੰਦਾ ਤਾਂ ਆਪਾਂ ਸੋਚਦੇ ਹੁੰਦੇ ਹਾਂ ਵੀ ਆਪਾਂ ਆਨਲਾਈਨ ਬਿਜ਼ਨਸ ਕਰੀਏ ਕਿ ਨਾ ਕਰੀਏ ਜਿਹੜਾ ਈ ਕਮਰਸ ਆ ਜਿਵੇਂ ਆਪਾਂ ਨੇ ਕੁਝ ਵੀ ਸਮਾਨ ਖਰੀਦਣਾ ਤਾਂ ਆਪਾਂ ਨੂੰ ਆਪਣੀ ਕਾਰਡ ਡੀਟੇਲਸ ਵਗੈਰਾ ਪਾਉਣ ਲੱਗੇ ਕਈ ਵਾਰੀ ਡਰ ਲੱਗਦਾ ਕਿ ਉਹ ਚੋਰੀ ਨਾ ਹੋ ਜਾਣ ਸੋ ਹਮੇਸ਼ਾ ਉਸੇ ਵੈਬਸਾਈਟ ਤੋਂ ਤੁਸੀਂ ਬਾਏ ਕਰੋ ਸਮਾਨ ਆਨਲਾਈਨ ਜਿਹੜੀ ਕਿ ਇਨਕ੍ਰਿਪਟਡ ਹੈ ਜਿਹਦਾ ਤੁਹਾਡਾ ਡੇਟਾ ਸਿਕਿਓਰ ਹੈ ਪ੍ਰੋਟੈਕਟਿਡ ਹੈ ਸੋ ਕਹਿੰਦੇ ਬਹੁਤ ਸਾਰੀਆਂ ਇੰਡਸਟਰੀਜ਼ ਸਟ੍ਰਿਕਟ ਕੰਪਲਾਈਂਸ ਰਿਕੁਆਇਰਮੈਂਟ ਰੱਖਦੀਆਂ ਨੇ ਮਤਲਬ ਉਹਨਾਂ ਲਈ ਜ਼ਰੂਰੀ ਹੈ ਕਿ ਜਿੰਨੀ ਵੀ ਪਰਸਨਲ ਇਨਫੋਰਮੇਸ਼ਨ ਸਟੋਰ ਕੀਤੀ ਗਈ ਹੈ ਆਰਗੇਨਾਈਜੇਸ਼ਨ 'ਚ ਉਹ ਇਨਕ੍ਰਿਪਟਿਡ ਹੋਵੇ ਉਸ ਤੋਂ ਬਾਅਦ ਲਾਸਟ ਵਿੱਚ ਆਉਂਦਾ ਇਹ ਡਿਵਾਈਸਿਸ ਜਿਵੇਂ ਇੱਕ ਤੋਂ ਦੂਜੇ ਡਿਵਾਈਸ ਆਪਾਂ ਨੇ ਕੋਈ ਡੇਟਾ ਪਾਉਣਾ ਉਸ ਚੀਜ਼ ਨੂੰ ਵੀ ਪ੍ਰੋਟੈਕਟ ਕਰਦੀ ਹੈ ਇਨਕ੍ਰਿਪਸ਼ਨ ਸੋ ਕਹਿੰਦੇ ਜਿਹੜੀ ਟ੍ਰਾਂਸਫਰਿੰਗ ਡੇਟਾ ਹੈ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ ਇਹ ਬਹੁਤ ਰਿਸਕੀ ਹੋ ਜਾਂਦਾ ਹੈ ਸੋ ਅੱਜ ਕੱਲ੍ਹ ਆਪਣੇ ਮੋਬਾਈਲਸ ਆਪਣੇ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕੇ ਨੇ ਸੋ ਸਾਰੀ ਜਿਹੜੀ ਟੈਕਨੋਲੋਜੀ ਹੈ ਇਨਕ੍ਰਿਪਸ਼ਨ ਦੀ ਉਹ ਪ੍ਰੋਟੈਕਟ ਕਰਕੇ ਰੱਖਦੀ ਹੈ ਕਿ ਜੋ ਵੀ ਡਾਟਾ ਆਪਣੇ ਡਿਵਾਈਸ ਦੇ ਵਿੱਚ ਹੈ ਚਾਹੇ ਆਪਾਂ ਕਿਸੇ ਨਾਲ ਟ੍ਰਾਂਸਫਰ ਕਰ ਰਹੇ ਹਾਂ ਉਹਨੂੰ ਕੋਈ ਥਰਡ ਪਾਰਟੀ ਅਨਆਥੋਰਾਈਜ਼ਡ ਪਾਰਟੀ ਹੈਕ ਨਾ ਕਰ ਸਕੇ ਸੋ ਇਹ ਸੀ ਇੰਪੋਰਟੈਂਟ ਫਾਇਦੇ ਇਨਕ੍ਰਿਪਸ਼ਨ ਦੇ ਆਈ ਹੋਪ ਤੁਹਾਨੂੰ ਪੂਰਾ ਟੌਪਿਕ ਸੀਕੁਐਂਸ ਵਾਈਜ਼ ਪਹਿਲਾਂ ਆਪਾਂ ਨੇ ਕ੍ਰਿਪਟੋਗ੍ਰਾਫੀ ਦੇਖੀ ਫਿਰ ਆਪਾਂ ਨੇ ਟਾਈਪਸ ਦੇਖੀਆਂ ਪ੍ਰੋਸੈਸਿਸ ਦੇਖੇ ਇਨਕ੍ਰਿਪਸ਼ਨ ਡਿਕ੍ਰਿਪਸ਼ਨ ਫਿਰ ਆਪਾਂ ਨੇ ਇਨਕ੍ਰਿਪਸ਼ਨ ਦਾ ਮਤਲਬ ਸਮਝਿਆ ਉਹਦੀ ਐਗਜ਼ਾਮਪਲ ਲੈ ਕੇ ਆਪਾਂ ਨੇ ਦੇਖੀ ਵੀ ਕਿਵੇਂ ਆਪਾਂ ਕੋਡਿੰਗ ਕਰਦੇ ਹਾਂ ਫਿਰ ਆਪਾਂ ਨੇ ਕੀ ਦੇਖਿਆ ਕਿ ਇਨਕ੍ਰਿਪਸ਼ਨ ਦੇ ਵਿੱਚ ਹੈਸ਼ਿੰਗ ਕੀ ਹੁੰਦੀ ਹੈ ਹੈਸ਼ਿੰਗ ਤੋਂ ਬਾਅਦ ਆਪਾਂ ਨੇ ਦੇਖਿਆ ਵੀ ਤਰੀਕੇ ਕਿਹੜੇ ਨੇ ਪੰਜ ਤਰ੍ਹਾਂ ਦੇ ਅਲੱਗ ਅਲੱਗ ਜਗ੍ਹਾ ਤੇ ਅਲੱਗ ਅਲੱਗ ਤਰ੍ਹਾਂ ਦੀ ਇਨਕ੍ਰਿਪਸ਼ਨ ਹੁੰਦੀ ਹੈ ਅਲੱਗ ਅਲੱਗ ਨਾਮ ਦੇ ਅੰਦਰ ਹੁੰਦੀ ਹੈ ਸੋ ਲਾਸਟ ਵਿੱਚ ਹੁਣ ਆਪਾਂ ਨੇ ਫਾਇਦੇ ਦੇਖੇ ਕਿ ਆਪਾਂ ਇਨਕ੍ਰਿਪਸ਼ਨ ਕਰਦੇ ਕਿਉਂ ਆ ਸੋ ਹੁਣ ਇਸ ਇਨਕ੍ਰਿਪਸ਼ਨ ਦਾ ਆਪਾਂ ਕੰਕਲੂਡ ਕਰਾਂਗੇ ਇਸ ਟੌਪਿਕ ਨੂੰ ਕਿ ਇਹਦਾ ਫਿਊਚਰ ਕੀ ਹੈ ਸੋ ਫਿਊਚਰ ਦੇ ਵਿੱਚ ਜਿਹੜੀ ਇਨਕ੍ਰਿਪਸ਼ਨ ਹੈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਕਿ ਸਾਰਾ ਕੁਝ ਜ਼ਿਆਦਾਤਰ ਆਨਲਾਈਨ ਹੋਣ ਲੱਗ ਗਿਆ ਡਿਜੀਟਾਈਜੇਸ਼ਨ ਆ ਗਈ ਸੋ ਡਿਜੀਟਾਈਜੇਸ਼ਨ ਦੇ ਜ਼ਮਾਨੇ ਦੇ ਵਿੱਚ ਆਪਾਂ ਤਾਂ ਹੀ ਖੁੱਲੇ ਹੋ ਕੇ ਆਰਾਮ ਦੇ ਨਾਲ ਟੈਨਸ਼ਨ ਫ੍ਰੀ ਹੋ ਕੇ ਆਨਲਾਈਨ ਇਹ ਟ੍ਰਾਂਜੈਕਸ਼ਨਾਂ ਕਰ ਸਕਦੇ ਹਾਂ ਜੇ ਆਪਾਂ ਨੂੰ ਇਹ ਪਤਾ ਹੋਊ ਵੀ ਜਿਹੜਾ ਸਾਡਾ ਡਾਟਾ ਹੈ ਉਹ ਪ੍ਰੋਟੈਕਟਿਡ ਹੈ ਸਿਕਿਓਰਡ ਹੈ ਸੇਫ ਹੈ ਇਨਕ੍ਰਿਪਟਿਡ ਹੈ ਸੋ ਕਹਿੰਦੇ ਐਸ ਹੈਕਰਸ ਕੰਟੀਨਿਊ ਟੂ ਬਿਕਮ ਸੇਵੀਅਰ ਐਂਡ ਮੋਰ ਸੋਫਿਸਟੀਕੇਟਿਡ ਇਨਕ੍ਰਿਪਸ਼ਨ ਟੈਕਨੋਲੋਜੀ ਮਸਟ ਇਵੋਲਵ ਕਹਿੰਦੇ ਜਿਵੇਂ ਜਿਵੇਂ ਅੱਜ ਕੱਲ੍ਹ ਹੈਕਿੰਗ ਬਹੁਤ ਕਾਮਨ ਹੋ ਗਈ ਬਹੁਤ ਸੋਫਿਸਟੀਕੇਟਿਡ ਹੋ ਗਈ ਹਰ ਕੋਈ ਆਰਾਮ ਨਾਲ ਕਿਸੇ ਵੀ ਚੀਜ਼ ਨੂੰ ਹੈਕ ਕਰ ਲੈਂਦਾ ਸੋ ਕਹਿੰਦੇ ਇਨਕ੍ਰਿਪਸ਼ਨ ਦੀ ਟੈਕਨੋਲੋਜੀ ਦਾ ਆਉਣਾ ਤੇ ਬਹੁਤ ਸਟਰੋਂਗਲੀ ਆਉਣਾ ਜ਼ਰੂਰੀ ਹੈ ਜਿੰਨੇ ਵੀ ਸਿਕਿਉਰਿਟੀ
ਪ੍ਰੋਫੈਸ਼ਨਲ ਨੇ ਅਲੱਗ ਅਲੱਗ ਜਗ੍ਹਾ ਤੇ ਕੰਮ ਕਰਦੇ ਨੇ ਸੋ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਇਨਕ੍ਰਿਪਸ਼ਨ ਨੂੰ ਲੈ ਕੇ ਹੁਣ ਟੈਕਨੋਲੋਜੀਜ਼ ਬਣਾ ਰਹੇ ਨੇ ਤੇ ਤਿੰਨ ਨਵੀਆਂ ਟੈਕਨੋਲੋਜੀਜ਼ ਹੋਰ ਨਿਕਲ ਕੇ ਆਈਆਂ ਨੇ ਇਨਕ੍ਰਿਪਸ਼ਨ ਨੂੰ ਲੈ ਕੇ ਆਪਾਂ ਇਹਨਾਂ ਨੂੰ ਬਰੀਫ ਵਿੱਚ ਦੇਖ ਲੈਂਦੇ ਹਾਂ ਪਹਿਲੀ ਹੈ ਇਲਿਪਟਿਕ ਕਰਵ ਕ੍ਰਿਪਟੋਗ੍ਰਾਫੀ ਸੋ ਇਹ ਨਾਮ ਹੈ ਦੂਜੀ ਹੈ ਹੋਮੋਮੋਰਫਿਕ ਤੇ ਤੀਜੀ ਹੈ ਕੁਆਂਟਮ ਕੰਪਿਊਟੇਸ਼ਨ ਜਿਹਨੂੰ ਆਪਾਂ ਕੁਆਂਟ ਕੰਪਿਊਟਿੰਗ ਵੀ ਕਹਿੰਦੇ ਹਾਂ ਇਹ ਬਹੁਤ ਵਾਰੀ ਆਪਾਂ ਸਾਰਿਆਂ ਨੇ ਸੁਣੀ ਹੋ ਸੋ ECC ਇੱਕ ਅਜਿਹਾ ਮੈਥਡ ਹੈ ਕ੍ਰਿਪਟੋਗ੍ਰਾਫੀ ਦਾ ਇਨਕ੍ਰਿਪਸ਼ਨ ਕਰਵਾਉਣ ਦਾ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਵੀ ਇਨਕ੍ਰਿਪਸ਼ਨ ਹੈ ਡਿਕ੍ਰਿਪਸ਼ਨ ਹੈ ਉਹ ਬਹੁਤ ਹੀ ਜ਼ਿਆਦਾ ਫਾਸਟ ਹੋ ਜਾਂਦੀ ਹੈ ਹੁਣ ਜਿਹੜੇ ਆਪਣੇ ਕੋਲ 5 ਆਲਰੇਡੀ ਮੈਥਡ ਪਏ ਨੇ ਇਨਕ੍ਰਿਪਸ਼ਨ ਕਰਨ ਦੇ ਇਹ ਉਹਦੇ ਤੋਂ ਵੀ ਜ਼ਿਆਦਾ ਫਾਸਟਰ ਹੈ ਤੇ ਇਹਦੇ ਵਿੱਚ ਕੋਈ ਵੀ ਆਪਣਾ ਡਾਟਾ ਲਾਸ ਨਹੀਂ ਹੁੰਦਾ ਕਿਤੇ ਗਾਇਬ ਨਹੀਂ ਹੁੰਦਾ ਸਾਰਾ ਡਾਟਾ ਸੇਫਲੀ ਇੰਨੀ ਫਾਸਟਲੀ ਸਿਕਿਉਰਲੀ ਸਟੋਰ ਹੋ ਜਾਂਦਾ ਹੈ ਕਿ ਆਪਾਂ ਨੂੰ ਕੋਈ ਹੈਕਿੰਗ ਦੀ ਟੈਨਸ਼ਨ ਹੀ ਨਹੀਂ ਰਹਿੰਦੀ ਸਮਾਂ ਹੀ ਨਹੀਂ ਮਿਲਦਾ ਵਿੱਚ ਹੈਕਿੰਗ ਦਾ ਫਿਰ ਆਉਂਦਾ ਹੋਮੋਮੋਰਫਿਕ ਇਨਕ੍ਰਿਪਸ਼ਨ ਇਹਦੇ ਵਿੱਚ ਕੀ ਹੁੰਦਾ ਕਿ ਕੁਝ ਕੈਲਕੂਲੇਸ਼ਨਸ ਕਰਕੇ ਕੁਝ ਮੈਥਮੈਟੀਕਲ ਫਾਰਮੂਲੇਸ਼ਨਸ ਕਰਕੇ ਹੀ ਆਪਾਂ ਡਾਟਾ ਨੂੰ ਇਨਕ੍ਰਿਪਟ ਕਰਵਾ ਸਕਦੇ ਹਾਂ ਸੋ ਜਿਹੜਾ ਮੈਥਡ ਹੈ ਇਨਕ੍ਰਿਪਸ਼ਨ ਅਲਾਉ ਕਰਦਾ ਤੇ ਇਹਦੇ ਨਾਲ ਕੀ ਹੈ ਕਿ ਜ਼ਿਆਦਾ ਪ੍ਰਾਈਵੇਸੀ ਆਉਂਦੀ ਹੈ ਜਿਵੇਂ ਕੋਈ ਇੰਡੀਵਿਜੂਅਲ ਕਿਸ ਦਾ ਪਰਸਨਲ ਡਾਟਾ ਵਗੈਰਾ ਸੋ ਉਹਨੂੰ ਇਹ ਬਚਾ ਕੇ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ ਜਿੰਨੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਕਹਿੰਦੇ ਜਿਵੇਂ ਵੱਡੇ ਵੱਡੇ ਬੈਂਕ ਹੋ ਗਏ ਕੋਈ ਇਦਾਂ ਦੀ ਆਰਗੇਨਾਈਜੇਸ਼ਨ ਨੇ ਕਹਿੰਦੇ ਉਹ ਜਿੰਨੀਆਂ ਵੀ ਇੰਡੀਵਿਜੂਅਲ ਦੀਆਂ ਅਸੈਸਮੈਂਟ ਕਰਦੇ ਨੇ ਉਹਨਾਂ ਦੇ ਅਕਾਊਂਟਸ ਦਾ ਪੂਰਾ ਲੇਖਾ ਜੋਖਾ ਰੱਖਦੇ ਨੇ ਉਸ ਲੇਖੇ ਜੋਖੇ ਨੂੰ ਉਹ ਇਨਕ੍ਰਿਪਟ ਕਰਦੇ ਨੇ ਇਸੇ ਤਰੀਕੇ ਦੇ ਨਾਲ ਸੋ ਦੈਟ ਬਿਨਾਂ ਕਿਸੇ ਦੀ ਪਰਸਨਲ ਇਨਫੋਰਮੇਸ਼ਨ ਬਾਹਰ ਨਿਕਲੇ ਕੋਈ ਅਨਆਥੋਰਾਈਜ਼ਡ ਪਾਰਟੀ ਬਿਨਾਂ ਹੈਕ ਕਰੇ ਇੱਕ ਇਨਸਾਨ ਦੀ ਜਿਹੜੀ ਬੈਂਕਿੰਗ ਡੀਟੇਲਸ ਵਗੈਰਾ ਨੇ ਉਹ ਪ੍ਰੋਪਰਲੀ ਸੇਫਲੀ ਪਈਆਂ ਰਹਿਣ ਸੋ ਹੋਮੋਮੋਰਫਿਕ ਇਨਕ੍ਰਿਪਸ਼ਨ ਕੌਣ ਜ਼ਿਆਦਾ ਯੂਜ਼ ਕਰਦਾ ਹੈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕਿਉਂ ਕਿਉਂਕਿ ਇਹਦੇ ਵਿੱਚ ਕੈਲਕੂਲੇਸ਼ਨਸ ਨੇ ਤੇ ਬੈਂਕ ਵਾਲਿਆਂ ਲਈ ਇਹ ਥੋੜਾ ਈਜ਼ੀ ਹੋ ਜਾਂਦਾ ਹੈ ਅਕਾਊਂਟਸ ਵਾਲਿਆਂ ਲਈ ਥੋੜਾ ਈਜ਼ੀ ਹੁੰਦਾ ਕਿ ਉਹ ਕੈਲਕੂਲੇਸ਼ਨਸ ਵਾਲੇ ਤਰੀਕੇ ਨੂੰ ਛੇਤੀ ਅਪਣਾ ਸਕਣ ਸੋ ਆਖਰੀ ਵਿੱਚ ਆਪਣੇ ਕੋਲ ਆਉਂਦਾ ਕੁਆਂਟਮ ਕੰਪਿਊਟੇਸ਼ਨ ਇੱਕ ਅਜਿਹਾ ਤਰੀਕਾ ਹੈ ਜਿਹਦੇ ਵਿੱਚ ਕੋਈ ਵੀ ਕੋਡ ਨੇ ਜਿਹੜੇ ਉਹ ਵਰਚੁਅਲੀ ਅਨਬ੍ਰੇਕੇਬਲ ਨੇ ਮਤਲਬ ਕਿ ਚਾਹੇ ਆਨਲਾਈਨ ਹੈ ਚਾਹੇ ਕੁਛ ਵੀ ਹੈ ਜਿਹੜਾ ਵੀ ਕੋਡ ਹੈ ਉਹ ਤੁਸੀਂ ਤੋੜ ਹੀ ਨਹੀਂ ਸਕਦੇ ਕੋਈ ਡੇਟਾ ਨੂੰ ਤੁਸੀਂ ਜਿੰਨਾ ਮਰਜ਼ੀ ਅਟੈਂਪਟ ਕਰ ਲਓ ਇੰਟਰਸੈਪਟ ਕਰਨ ਦਾ ਉਹਨੂੰ ਸਮਝਣ ਦਾ ਉਹ ਸਿਰਫ ਔਰ ਸਿਰਫ ਜਿਹਨੇ ਭੇਜਿਆ ਤੇ ਜਿਹਦੇ ਕੋਲ ਪਹੁੰਚਿਆ ਸੈਂਡਰ ਤੇ ਰਿਸੀਵਰ ਸਿਰਫ ਇਹੀ ਦੋ ਬੰਦੇ ਡਿਟੈਕਟ ਕਰ ਸਕਦੇ ਨੇ ਨਾਲੇ ਕਹਿੰਦੇ ਜੇ ਕੋਈ ਹੈਕਿੰਗ ਕਰਨ ਲੱਗਦਾ ਤਾਂ ਤੁਹਾਡੇ ਕੋਲ ਉਹਦਾ ਇੱਕ ਤਰ੍ਹਾਂ ਦੀ ਨੋਟੀਫਿਕੇਸ਼ਨ ਆ ਜਾਂਦੀ ਹੈ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੋਈ ਰਸਤੇ ਵਿੱਚ ਇਹਨੂੰ ਹੈਕ ਕਰਨ ਲੱਗਿਆ ਸੋ ਤੁਸੀਂ ਫਟਾਫਟ ਇਮੀਡੀਏਟਲੀ ਕੁਆਂਟਮ ਕੰਪਿਊਟੇਸ਼ਨ ਦੇ ਅੰਦਰ ਕੀ ਕਰਦੇ ਹੋ ਡੇਟਾ ਨੂੰ ਤੁਸੀਂ ਫਾਸਟ ਤਰੀਕੇ ਦੇ ਨਾਲ ਉਹਨੂੰ ਜਿਵੇਂ ਹੈ ਕੁਇਕਲੀ ਰਿਸਪੋਂਡ ਕਰਕੇ ਆਪਣੇ ਕੋਲ ਸਟੋਰ ਕਰ ਲੈਂਦੇ ਹੋ ਸੋ ਦੈਟ ਕੋਈ ਵੀ ਕਿਸੇ ਵੀ ਅਲੱਗ ਅਲੱਗ ਜਗ੍ਹਾ ਤੇ ਜਦੋਂ ਵੀ ਤੁਹਾਡਾ ਡੇਟਾ ਪਹੁੰਚ ਰਿਹਾ ਉਹਨੂੰ ਕੋਈ ਵੀ ਜੇ ਅਟੈਂਪਟ ਕਰ ਰਿਹਾ ਹੈਕ ਕਰਨ ਦਾ ਤਾਂ ਉਹ ਨਾ ਕਰ ਸਕੇ ਤੇ ਇਹਦੇ ਵਿੱਚ ਵੀ ਕੈਲਕੂਲੇਸ਼ਨਸ ਇਨਵੋਲਵ ਨੇ ਮੈਥਮੈਟੀਕਲ ਫਾਰਮੂਲੇ ਇਨਵੋਲਵ ਨੇ ਤੇ ਇਹ ਜਿਹੜੇ ਫਾਰਮੂਲੇ ਨੇ ਉਹ ਬਹੁਤ ਹੀ ਜ਼ਿਆਦਾ ਫਾਸਟ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਜਿਹੜਾ ਫਾਸਟ ਕੈਲਕੂਲੇਸ਼ਨਸ ਵਾਲੀ ਇਨਕ੍ਰਿਪਸ਼ਨ ਹੈ ਉਹ ਕੁਆਂਟਮ ਕੰਪਿਊਟੇਸ਼ਨ ਹੈ ਸੋ ਇਹ ਸੀ ਅੱਜ ਦਾ ਆਪਣਾ ਸਾਰਾ ਟੌਪਿਕ ਬੇਸਿਕਸ ਆਫ ਡੇਟਾ ਇਨਕ੍ਰਿਪਸ਼ਨ ਆਈ ਥਿੰਕ ਮੈਂ ਇਹਦੇ ਵਿੱਚ ਜੋ ਵੀ ਇੰਪੋਰਟੈਂਟ ਬਣਦਾ ਹੈ ਐਗਜ਼ਾਮ ਦੇ ਲਈ ਉਹ ਸਭ ਕੁਝ ਕਵਰ ਕਰਵਾਤਾ ਤੇ ਬਹੁਤ ਆਸਾਨ ਸਰਲ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਇਆ ਆਈ ਹੋਪ ਤੁਹਾਨੂੰ ਮੇਰਾ ਲੈਕਚਰ ਤੇ ਸਮਝਾਉਣਾ ਵਧੀਆ ਲੱਗਿਆ ਹੋਊ ਕਮੈਂਟ ਬਾਕਸ ਦੇ ਵਿੱਚ ਆਪਣੇ ਰਿਵਿਊ ਜ਼ਰੂਰ ਲਿਖ ਦਿਆ ਕਰੋ ਤੇ ਨਾਲ ਹੀ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਹਿਲਾਂ ਤੁਹਾਡੀ ਕਿਸੇ ਸਪੈਸੀਫਿਕ ਕੋਈ ਕੁਰੀ ਨੂੰ ਡੀਲ ਕਰਾਂ ਜਾਂ ਕੋਈ ਸਪੈਸੀਫਿਕ ਟੌਪਿਕ ਤੇ ਵੀਡੀਓ ਬਣਾਵਾਂ ਤਾਂ ਤੁਸੀਂ ਮੈਨੂੰ ਕਮੈਂਟਸ ਵਿੱਚ ਮੈਂਸ਼ਨ ਕਰ ਸਕਦੇ ਹੋ ਮੈਂ ਜ਼ਰੂਰ ਤੁਹਾਡੇ ਟੌਪਿਕ ਨੂੰ ਦੇਖੂੰਗੀ ਤੇ ਉਹਦੇ ਉੱਤੇ ਵੀਡੀਓ ਬਣਾਉਂਗੀ ਐਂਡ ਪਲੀਜ਼ ਡੂ ਸਪੋਰਟ ਮਾਈ ਚੈਨਲ ਵਿਕਟਰਸ ਨੌਲੇਜ ਐਂਡ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਇਟ ਥੈਂਕ ਯੂ ਸੋ ਮੱਚ ਗੁੱਡ ਲੱਕ